ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਜੋ ਹਰ ਰੋਜ਼ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਇਆਂ 300 ਸਾਲਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸ਼੍ਰੀ ਦਸਮੁਖ ਗ੍ਰੰਥ ਸਾਹਿਬ ਜੀ ਦੇ ਜੋ ਕਥਾ ਵਿਚਾਰ ਸੰਗਤਾਂ ਦੇ ਨਾਲ ਇਹ ਸਮਾਗਮ 7 ਦਿਨ ਵਾਸਤੇ ਹੋ ਰਹੇ ਹਨ। ਅੱਜ ਦੇ ਹੁਣ ਇਸ ਦੀਵਾਨ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ, ਉਹ ਦਸਮ ਗ੍ਰੰਥ ਦੀ ਜੋ ਕਥਾ ਹੈ ਉਹ ਆਪ ਜੀ ਨੂੰ ਸਰਵਣ ਕਰਵਾਉਣਗੇ। ਆਓ ਹੁਣ ਉਹਨਾਂ ਪਾਸੋਂ ਆਪਾਂ ਕਥਾ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਜੋ ਪੁਰਖ ਪਛਾਣੈ, ਸਤਨਾਮ ਲੈ ਬਚਨ ਪ੍ਰਮਾਨੈ, ਸਤਨਾਮ ਮਾਰਗ ਲੈ ਚਲਹੀ, ਤਕੋ ਕਾਲ ਨਾ ਕਬਹੁ ਦਲਹੀ। ਖਗ ਖੰਡ ਬਿਹੰਡੰ ਖਲ ਦਲ ਖੰਡੰ, ਅਤ ਰਣ ਮੰਦੰ ਬਰ ਬੰਡੰ, ਕੁਜ ਦੰਡ ਖੰਡਨ ਤੇਜ ਪ੍ਰਚੰਡਨ, ਜੋਤ ਅਮੰਡਨ ਪਹਨ ਪ੍ਰਭੰ, ਸੁਖ ਸੰਤਾਂ ਕਰਣੰ ਦੁਰਮਤ ਦਰਣੰ, ਕਿਲ ਬਿਖਹਰਣੰ ਅਸ ਸਰਣੰ, ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰਨ ਜੈ ਗੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੰਦ ਸਾਲ ਕੋ ਭੂਪ ਤਬ, ਨਿਜ ਸੁੱਤ ਦਿਓ ਪਠਾਏ, ਹੋਰ ਹੋਤ ਆਪਣੇ ਨਿਗਟ ਬਾਹਰੋਂ ਲਿਓ ਬੁਲਾਏ। ਬੰਦ ਸਾਲ ਕੋ ਭੂਪ ਤਬ, ਨਿਜ ਸੁੱਤ ਦਿਓ ਪਠਾਏ। ਧੰਨ ਗੁਰ ਕਲਗੀ ਧਰ ਪਿਤਾ ਸਾਹਿਬ ਕਮਾਲ ਵਾਲੀਏ, ਦੋ ਜਹਾਨ ਜਿਨ੍ਹਾਂ ਨੇ ਇਸ ਰੂਹ ਜ਼ਮੀਨ ਤੇ ਐਸਾ ਪੰਥ ਅਵਤਰਿਤ ਕੀਤਾ ਜਿਹਦੀ ਮਿਸਾਲ ਆਦਿ ਕਾਲ ਦੇ ਵਿੱਚੋਂ ਸਭ ਤੋਂ ਪੁਰਾਤਨ ਧਰਮਾਂ ਦੇ ਵਿੱਚੋਂ, ਮੌਜੂਦਾ ਧਰਮਾਂ ਦੇ ਵਿੱਚੋਂ ਕਿਤੇ ਨਹੀਂ ਮਿਲਦੀ। ਜਿਤਨੀ ਵੱਡੀ ਉਪਾਧੀ 'ਤੇ ਪਹੁੰਚਣਾ ਹੁੰਦਾ ਹੈ ਵਿੱਦਿਆ ਵੀ, ਉਤਨੀ ਹੀ ਬਿਖਮ ਵੀ ਪੜ੍ਹਾਈ ਜਾਂਦੀ ਹੈ। ਜਿਤਨੀ ਵੱਡੀ ਪੋਸਟ ਤੱਕ ਪਹੁੰਚਣਾ ਹੁੰਦਾ ਵਿੱਦਿਆ ਵੀ, ਉਤਨੀ ਹੀ ਕਠਿਨ ਹੁੰਦੀ ਹੈ। ਡਾਕਟਰ ਦੀ ਵਿੱਦਿਆ ਕਿਹੜਾ ਸੌਖੀ ਹੈ, ਸਾਇੰਟਿਸਟ ਦੀ ਵਿੱਦਿਆ ਕਿਹੜਾ ਸੌਖੀ ਹੈ, ਲਾਅ ਦੀ ਵਿੱਦਿਆ ਕਿਹੜਾ ਸੌਖੀ ਹੈ। ਇਹ ਸੰਸਾਰੀ ਵਿੱਦਿਆਵਾਂ ਜਿਨ੍ਹਾਂ ਨੇ ਇਸ ਭਾਵ ਦੇ ਵਿੱਚੋਂ ਪਾਰ ਨਹੀਂ ਕਰਾਉਣਾ, ਉਹਨਾਂ ਨੂੰ ਕਰਨ ਵਾਸਤੇ ਅਸੀਂ ਬਹੁਤ ਮਿਹਨਤ ਕਰਦੇ ਹਾਂ, ਬਹੁਤ ਯਤਨ ਕਰਦੇ ਹਾਂ। ਪਰ ਜਿਸ ਵਿਧੀ ਨੇ ਇਸ ਸੰਸਾਰ ਦੇ ਵਿੱਚੋਂ ਪਾਰ ਲੰਘਾਉਣਾ, ਜਿਸ ਵਿਧੀ ਨੇ ਇਸ ਭਵ ਜਲ ਦੇ ਵਿੱਚੋਂ ਪਾਰ ਉਤਾਰਾ ਕਰਾਉਣਾ ਹੈ, ਉਸ ਧਰਮ ਦੀ ਵਿੱਦਿਆ ਦੇ ਵਾਸਤੇ ਮਨੁੱਖ ਹਮੇਸ਼ਾ ਹੀ ਅਵੇਸਲਾ ਰਿਹਾ, ਕਿਉਂਕਿ ਭਰੋਸਾ ਨਹੀਂ ਹੈ ਕਿ ਪ੍ਰਾਪਤੀ ਕੁਝ ਹੋਣੀ ਹੈ ਕਿ ਨਹੀਂ ਹੋਣੀ। ਸਾਡਾ ਰਿਸ਼ਤਾ ਗੁਰੂ ਦੇ ਨਾਲ ਮੰਗਦਾ ਹੈ, ਸਾਡਾ ਰਿਸ਼ਤਾ ਗੁਰੂ ਦੇ ਨਾਲ ਪ੍ਰੇਮ ਦਾ ਨਹੀਂ। ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਲੈਣ ਦੇਣ ਨਹੀਂ ਹੁੰਦਾ। ਆਪਾਂ ਰਿਸ਼ਤਿਆਂ ਦੇ ਵਿੱਚ ਵੀ ਇਹੋ ਗੱਲ ਕਰਦੇ ਹਾਂ ਨਾ, ਬਈ ਤੂੰ ਆ ਜਾਵੀਂ, ਨਹੀਂ ਲੈ ਕੇ ਨਾ ਕੁਛ ਆਵੀਂ, ਯਾਰ ਘਰ ਦੀ ਪਾਰਟੀ ਹੈ, ਘਰ ਦੀ ਗੱਲ ਹੈ, ਬਾਹਰਲੇ ਬੰਦੇ ਨਹੀਂ ਆ ਰਹੇ, ਕੁਛ ਲੈ ਕੇ ਨਾ। ਜਿੱਥੇ ਪ੍ਰੇਮ ਹੁੰਦਾ ਨਾ ਉੱਥੇ ਭਰੋਸਾ ਹੁੰਦਾ, ਉੱਥੇ ਲੈਣ ਦੇਣ ਨਹੀਂ ਹੁੰਦਾ, ਉੱਥੇ ਮੰਗ ਨਹੀਂ ਹੁੰਦੀ। ਜਿੱਥੇ ਲੈਣ ਦੇਣ ਹੁੰਦੀ ਨਾ ਉੱਥੇ ਰਿਸ਼ਤੇ ਅਕਸਰ ਖਟਾਸ ਵਿੱਚ ਪੈ ਜਾਂਦੇ ਨੇ ਕਿ ਮੈਂ ਤੇ ਉਹਦੇ ਘਰ ਗਿਆ ਸੀ, ਆਹ ਦੇ ਕੇ ਆਇਆ ਤੇ ਉਹ ਮੈਨੂੰ ਆਹ ਦੇ ਕੇ ਗਿਆ। ਅਸੀਂ ਵੀ ਕੀ ਗੁਰੂ ਦਾ ਰਿਸ਼ਤਾ ਰੱਖਿਆ ਕਿ ਮੈਂ ਇੰਨੇ ਨਿਤਨੇਮ ਕੀਤੇ, ਮੈਨੂੰ ਪ੍ਰਾਪਤ ਕੀ ਹੋਈ ਹੈ, ਮੈਂ
ਇਤਨੀ ਦਫ਼ਾ ਤੇਰੇ ਦੱਸਦੇ ਹਾਂ ਮੈਂ ਬਰਤਨ ਮਾਂਜੇ, ਮੈਂ ਜੋੜੇ ਝਾੜੇ, ਮੈਨੂੰ ਤੇ ਜੋ ਚਾਹੀਦਾ ਸੀ ਉਹ ਮਿਲਿਆ ਨਹੀਂ। ਫਿਰ ਮਨ ਇਕੱਠਾ ਹੋ ਕੇ ਮਨੁੱਖ ਦਰ ਦਰ ਦੇ ਭਟਕਦਾ ਹੈ, ਕਦੀ ਕਿਸੇ ਦੇ, ਕਦੀ ਕਿਸੇ ਦੇ, ਕਦੀ ਕਿਸੇ ਦੇ, ਕਦੀ ਕਿਸੇ ਦੇ, ਸਾਡੀ ਇਸ ਲਾਲਚ ਬਿਰਤੀ ਨੂੰ ਦੇਖ ਕੇ, ਸਾਡੀ ਇਸ ਲਾਲਚੀ ਬਿਰਤੀ ਨੂੰ ਦੇਖ ਕੇ ਦੁਕਾਨਾਂ ਖੁੱਲ ਗਈਆਂ ਨੇ ਜਿਨ੍ਹਾਂ ਨੇ ਧਰਮ ਕੇ ਬਾਣੇ ਪਾਏ ਹੋਏ ਨੇ, ਜਿਨ੍ਹਾਂ ਬਾਰੇ ਸਾਹਿਬਾਂ ਦਾ ਫਰਮਾਨ ਹੈ ਹਰ ਕੇ ਸੰਦਰ ਆਖੀ ਨੇ ਇਹ ਬਨਾਰਸ ਕੇ ਠੱਗ ਥਾਂ ਥਾਂ ਬੈਠੇ ਹੋਏ ਨੇ। ਉਹ ਠੱਗ ਸਾਡੀ ਬਿਰਤੀ ਨੂੰ ਦੇਖ ਕੇ ਤੇ ਇਹ ਭਰਮ ਪਾਉਂਦੇ ਨੇ ਵੀ ਅਸੀਂ ਅਰਦਾਸ ਕਰਾਂਗੇ ਤੁਹਾਡੀ ਮੰਗ ਪੂਰੀ ਹੋ ਜਾਵੇਗੀ। ਜੇ ਕਿਤੇ ਕੋਈ ਜਗਿਆਸੂ ਅਕਬਰ ਤੇ ਤੁਰਦਾ ਨਹੀਂ ਹੈ ਇਸ ਪਾਸੇ ਨੂੰ, ਕਿਉਂਕਿ ਇਹ ਸਿੱਖੀ ਦਾ ਰਾਹ ਬਹੁਤ ਮੁਸ਼ਕਿਲ ਹੈ, ਬੜਾ ਦਿਖਮ ਪੈਂਦਾ ਹੈ। ਤੇ ਜੇ ਕਿਸੇ ਦੇ ਮਨ ਦੇ ਵਿੱਚ ਜਗਿਆਸਾ ਪੈਦਾ ਹੋ ਜਾਣਾ ਵੀ ਭੁੱਖ ਵੱਧ ਜਾਂਦੀ ਹੈ। ਜਦ ਸੱਚੇ ਨਾਮ ਕੀ ਭੁੱਖ ਲੱਗਦੀ ਹੈ ਨਾ, ਉਹ ਭੁੱਖ ਇਤਨੀ ਪ੍ਰਬਲ ਹੈ ਕਿ ਆਤਮਾ ਰਜਦੀ ਹੀ ਨਹੀਂ। ਉਹ ਗਿਆਨ ਵਾਸਤੇ ਜਿਤਨੀ ਤਾਂ ਆਪਣੀ ਬੁੱਧੀ ਹੈ ਉਤਨੀ ਵੱਧਦਾ ਹੈ, ਫਿਰ ਧਰਮ ਗੁਰੂ ਲੱਭਦਾ ਹੈ। ਕੋਈ ਐਸਾ ਗੁਰੂ ਨੂੰ ਪਿਆਰਾ ਮੈਨੂੰ ਮਿਲ ਜਾਵੇ ਜਿਹੜਾ ਮੇਰਾ ਮਿਲਾਪ ਕਰਵਾ ਦੇਵੇ, ਕੋਈ ਐਸਾ ਗੁਰਮੁਖ ਪਿਆਰਾ ਮੈਨੂੰ ਮਿਲ ਜਾਵੇ ਜਿਹੜਾ ਮੈਨੂੰ ਦਰਸ਼ਨ ਕਰਵਾ ਦੇਵੇ ਉਸ ਸਾਂਵਲ ਸੁੰਦਰ ਦੇ, ਕੋਈ ਐਸਾ ਗੁਰਮੁਖ ਪਿਆਰਾ ਮੈਨੂੰ ਮਿਲ ਜਾਵੇ ਜਿਹੜਾ ਮੇਰਾ ਪਾਰ ਉਤਾਰਾ ਕਰਵਾ ਦੇਵੇ, ਕੋਈ ਐਸਾ ਗੁਰਮੁਖ ਪਿਆਰਾ ਮੈਨੂੰ ਮਿਲ ਜਾਵੇ ਜੋ ਮੇਰਾ ਜੀਵਨ ਸਫਲ ਕਰ ਦੇਵੇ। ਤੇ ਅਕਸਰ ਇਸ ਨਾਮ ਦੀ ਭੁੱਖ ਦੀ ਪ੍ਰਾਪਤੀ ਵਾਸਤੇ ਚੱਲੇ ਹੋਏ ਗੁਰਮੁਖ ਸੱਜਣ ਗਲਤ ਹੱਥਾਂ ਦੇ ਵਿੱਚ ਪਹੁੰਚ ਜਾਂਦੇ ਨੇ, ਉੱਥੇ ਧਾਰਮਿਕ ਸ਼ੋਸ਼ਣ ਕੀਤਾ ਜਾਂਦਾ ਹੈ, ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ। ਬਹੁਤ ਆਦਿ ਖਬਰਾਂ ਸੁਣਦੇ ਹਾਂ ਕਿ ਸਰੀਰਕ ਸ਼ੋਸ਼ਣ ਵੀ ਹੁੰਦੇ ਨੇ। ਦਸਾਂ ਜਾਮਿਆਂ ਤੱਕ ਗੁਰੂ ਹਾਜ਼ਰ ਨਾਜ਼ਰ ਨੇ, ਸਿੱਖਾਂ ਦੇ ਸਨਮੁੱਖ ਨੇ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਨੇ, ਪਰ ਹੁਣ ਗੁਰੂ ਕਲਗੀਧਰ ਪਿਤਾ ਨੇ ਖਾਲਸੇ ਨੂੰ ਗੁਰਬਾਣੀ ਦੇ ਲੜ ਲਾ ਕੇ ਛੱਡਦੇ ਨੇ। ਹੁਣ ਬੱਚਾ ਜਵਾਨ ਹੋ ਚੁੱਕਾ ਹੈ, ਪਿਤਾ ਕਹਿੰਦਾ ਕਿ ਹੁਣ ਤੂੰ ਜਵਾਨ ਹੈ, ਆਪਣੀ ਰੋਟੀ ਆਪ ਕਮਾ ਤੇ ਆਪ ਖਾ, ਜੋ ਤੈਨੂੰ ਸਿੱਖਿਆ ਮੈਂ ਦਿੱਤੀ ਹੈ ਉਹ ਸਿੱਖਿਆ ਜ਼ਿੰਦਗੀ 'ਚ ਯਾਦ ਰੱਖੀ। 240 ਸਾਲ ਇਸ ਬੱਚੇ ਨੂੰ ਪੜ੍ਹਾਉਂਦੇ 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 ਖਾਲਸੇ ਦੀ ਅਵਸਥਾ ਇੱਥੇ ਪਹੁੰਚਾ ਕੇ ਸਤਿਗੁਰੂ ਨੇ ਕਹਿ ਦਿੱਤਾ ਕਿ ਖਾਲਸਾ ਮੇਰੋ ਸਤਿਗੁਰ ਪੂਰਾ, ਮੇਰਾ ਵੀ ਸਤਿਗੁਰ ਹੈ ਔਰ ਪੂਰਾ ਸਤਿਗੁਰ ਹੈ, ਅਧੂਰਾ ਨਹੀਂ ਹੈ। ਇੱਥੋਂ ਤੱਕ ਸਾਹਿਬਾਂ ਨੇ ਆਪ ਦਿੱਤਾ ਖਾਲਸਾ ਮੇਰੋ ਬੁੱਧ ਔਰ ਗਿਆਨ, ਇਤਨਾ ਗਿਆਨ ਮਨ ਖਾਲਸਾ। ਇਹ ਜਿਹੜੀ ਅਸੀਂ ਖੜਗ ਪਹਿਨਦੇ ਨਾ ਸ੍ਰੀ ਸਾਹਿਬ ਉਤੋਂ ਦੀ, ਇਹਦਾ ਮਤਲਬ ਇਹ ਹੈ ਕਿ ਖਾਲਸਾ ਮੇਰਾ ਗਿਆਨ ਦਾ ਧਾਰਨੀ ਹੈ। ਸਰੀਰ ਦੇ ਉੱਤੇ ਤੇ ਸ਼ਸਤਰ 6 ਹਜ਼ੂਰ ਨੇ ਸਜਾਏ ਸਨ, ਪਰ ਆਤਮਾ ਦੇ ਉੱਤੇ ਸ਼ਸਤਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਹੀ ਸਜਾ ਦਿੱਤੇ। ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪ੍ਰਾਗ ਜੀ ਦੇ, ਇਸ ਜੀ ਦੇ ਉਧਾਰ ਵਾਸਤੇ ਗਿਆਨ ਖੜਗ। ਗੁਰੂ ਘਰ ਚੋਟੀ ਦੇ ਉੱਤੇ ਪਹੁੰਚਣਾ ਬਹੁਤ ਜ਼ੋਰ ਲੱਗਦਾ, ਬੜੀ ਇਕਾਗਰਤਾ ਲੱਗਦੀ ਹੈ, ਪਰ ਇੱਕ ਸਕਿੰਟ ਦਾ ਸਮਾਂ ਲੱਗਦਾ ਪੈਰ ਤਿਲਕਣ ਦਾ। ਹਰ ਬਿਸਰਤ ਸਦਾ ਖੁਆਰੀ, ਕਿਤੇ ਵੀ ਬਿਸਰ ਸਕਦਾ ਹੈ, ਉਹ ਬਿਸਰ ਨਾ ਜਾਵੇ। ਇਹ ਮੇਰਾ ਖਾਲਸਾ ਜੋ ਮੈਂ ਇਤਨਾ ਪ੍ਰਪੱਕ ਕੀਤਾ ਹੈ, ਇਹ ਜੋ ਇਤਨਾ ਤਿਆਰ ਕੀਤਾ ਹੈ, ਇਹਦਾ ਪੈਰ ਤਿਲਕ ਨਾ ਜਾਵੇ, ਕਿਉਂਕਿ ਭਾਈ ਜੋਗਾ ਸਿੰਘ ਵਰਗੀ ਅਵਸਥਾ ਕਦੇ ਵੀ ਬਣ ਸਕਦੀ ਹੈ। ਔਰ ਗੁਰੂ ਕਲਗੀਧਰ ਪਿਤਾ ਹੁਣ ਥਾਂ ਥਾਂ ਤੇ ਕੋਠੀਆਂ ਤੇ ਕਰਨ ਤੁਰੇ, ਇੱਕ ਸੰਦੇਸ਼ ਇੱਕ ਸ਼ਬਦ ਦਿੱਤਾ ਹੈ ਆਪਣਾ, ਜਿਹੜਾ ਸਾਡਾ ਆਤਮਕ ਮਾਰਗ ਦਰਸ਼ਨ ਕਰੇ। ਗੁਰੂ ਪਿਆਰਿਓ, ਇਹ ਦਮਾਲਾ, ਇਹ ਦਸਤਾਰ ਦਾ ਕੱਪੜਾ ਬਣਾਇਆ ਗਿਆ ਸੀ ਸਾਡੀ ਪੱਤ ਕੱਢਣ ਵਾਸਤੇ, ਸਾਡੀ ਸਰਦਾਰੀ ਕਾਇਮ ਰੱਖਣ ਵਾਸਤੇ। ਹੁਣ ਜੇ ਕੋਈ ਇਸੇ ਦਮਾਲੇ ਨੂੰ ਪੱਖੇ ਨਾਲ ਬੰਨ ਕੇ ਤੇ ਫਾਂਸੀ ਲੈ ਲਵੇ ਤੇ ਗਲਤੀ ਕਿਹਦੀ? ਦਵਾਈਆਂ ਤੇ ਬਿਮਾਰੀ ਦੇ ਇਲਾਜ ਵਾਸਤੇ ਨੇ, ਪਰ ਜੇ ਕੋਈ ਦਵਾਈ ਗਲਤ ਖਾ ਲਵੇ, ਬਿਨਾਂ ਪੜ੍ਹਿਆ ਖਾ ਲਵੇ, ਓਵਰ ਡੋਜ਼ ਕਰ ਲਵੇ, ਜਿਹੜੀ ਨੀਂਦ ਦੀ ਗੋਲੀ ਸਟ੍ਰੈਸ ਰਿਲੀਫ ਕਰਨ ਵਾਸਤੇ ਹੁੰਦੀ ਆ, ਓਵਰ ਡੋਜ਼ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ।
ਪਾਣੀ ਲਿਖਿਆ ਹੁੰਦਾ ਦਵਾਈਆਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਕਿਉਂਕਿ ਉਹਨੂੰ ਗਿਆਨ ਨਹੀਂ ਹੈ। ਇਸ ਬਾਣੀ ਬਾਰੇ ਇਤਨੇ ਸ਼ੰਕੇ ਪੈਦਾ ਕੀਤੇ ਜਾਂਦੇ ਨੇ ਜੀ ਇਹ ਬਾਣੀ ਅਸ਼ਲੀਲ ਹੈ, ਧੀਆਂ ਭੈਣਾਂ ਦੇ ਵਿੱਚ ਨਹੀਂ ਪੜ੍ਹੀ ਜਾ ਸਕਦੀ, ਇਹ ਜੀ ਐਸੇ ਐਸੇ ਲਫ਼ਜ਼ ਜਿਹੜੇ ਅਸੀਂ ਆਪਣੀ ਜ਼ੁਬਾਨ 'ਤੇ ਕੀ ਆਪਣੇ ਜ਼ਿਹਨ ਵਿੱਚ ਲਿਆਉਣ ਤੋਂ ਵੀ ਡਰਦੇ ਹਾਂ। ਉਹ ਕਿਉਂ ਪਾਏ ਨੇ? ਕਿਉਂਕਿ ਅੱਜ ਇਸ ਪਦਾਰਥਵਾਦੀ ਯੁੱਗ ਦੇ ਵਿੱਚ ਜਿਹੜਾ ਵਿਅਕਤੀ ਘਰੋਂ ਗਿਆ ਹੈ ਕਿਸੇ ਵਿਦਿਆਲੇ ਦੇ ਵਿੱਚ ਇਹ ਧਰਮ ਵਿੱਦਿਆ ਲੈਣ ਵਾਸਤੇ, ਉਹਦਾ ਮਨੋਰਥ ਕੀ ਹੈ ਕਿ ਮੈਂ ਫਟਾਫਟ ਸਿੱਖ ਕੇ ਸਟੇਜ 'ਤੇ ਆਵਾਂ, ਫਿਰ ਮੈਂ ਬਾਹਰਲੇ ਮੁਲਕ ਜਾਵਾਂ, ਚਾਰ ਪੈਸੇ ਇਕੱਠੇ ਕਰਾਂ ਅਤੇ ਆਪਣੀ ਘਰ ਦੀ ਮੈਂ ਗਰੀਬੀ ਕੱਟਾਂ। ਜਿਹਦਾ ਮਕਸਦ ਹੀ ਮਾਇਆ ਇਕੱਠੀ ਕਰਨੀ ਹੈ। ਜਦਕਿ ਸਾਹਿਬ ਦਾ ਬਹੁਤ ਸਖ਼ਤ ਬਚਨ ਹੈ, ਹੁਕਮ ਹੈ, ਇਸ ਸੱਚ ਦੇ ਰਾਹ ਨੂੰ ਕੌਣ ਪਛਾਣੇਗਾ, ਇਸ ਸੱਚ ਦੇ ਰਾਹ ਦਾ ਪਾਂਧੀ ਕੌਣ ਹੋਏਗਾ। ਸ਼ਰਤ ਹੈ, ਸ਼ਰਤ ਕੀ ਹੈ? ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਤੇ। ਪਹਿਲਾਂ ਤਾਂ ਖੁਦ ਦਸਾਂ ਨੋਹਾਂ ਦੀ ਕਿਰਤ ਕਰਦਾ ਹੋਵੇ, ਫਿਰ ਕਿਸੇ ਨੂੰ ਦੇਣ ਦੀ ਸਮਰੱਥਾ ਵੀ ਰੱਖਦਾ ਹੋਵੇ, ਕਿਸੇ ਦੀ ਮਦਦ ਵੀ ਕਰ ਸਕਦਾ ਹੋਵੇ, ਉਹ ਇਸ ਸੱਚ ਦੇ ਰਾਹ 'ਤੇ ਚੱਲਦਾ ਹੈ। ਇਹ ਵਿੱਦਿਆ ਪਿਤਾ ਪੁਰਖੀ ਚੱਲਦੀ ਹੈ ਧਰਮ ਦੀ, ਇਹ ਵਿੱਦਿਆ ਸਾਲਾਂ ਸਾਲ ਲੱਗ ਜਾਂਦੇ ਨੇ। ਆਪਾਂ ਸੰਪਰਦਾ ਕਹਿੰਦੇ ਹਾਂ, ਉਸ ਵਕਤ ਗੁਰੂ ਫਿਰ ਕਹਿੰਦੇ ਸਨ ਹਿੰਦੁਸਤਾਨ ਦੇ ਵਿੱਚ ਵਿੱਦਿਆ ਦੀਆਂ ਦੋ ਪ੍ਰਣਾਲੀਆਂ ਸਨ, ਇੱਕ ਸਿੱਖਿਆ ਇੱਕ ਵਿੱਦਿਆ। ਸਿੱਖਿਆ ਦੇ ਵਿੱਚ ਸੰਸਾਰੀ ਵਿੱਦਿਆ, ਔਰ ਵਿਦਿਆਲਿਆਂ ਦੇ ਵਿੱਚ ਗੁਰੂਕੁਲ ਦੇ ਵਿੱਚ ਧਰਮ ਦੇ ਗ੍ਰੰਥ ਪੜ੍ਹਾਏ ਜਾਂਦੇ ਸੀ, ਜਿਹਨੂੰ ਅਸੀਂ ਸੰਪਰਦਾਵਾਂ ਕਹਿੰਦੇ ਆਪਣੀ ਭਾਸ਼ਾ ਦੇ ਵਿੱਚ। ਚਿੱਤਰੋ ਪਾਖਿਆਨ ਦੇ ਚਿੱਤਰਾਂ ਦੇ ਉੱਪਰ 7,500 ਪੰਕਤੀਆਂ ਦੇ ਵਿੱਚੋਂ 405 ਚਿੱਤਰਾਂ ਦੇ ਵਿੱਚੋਂ ਇੱਕਾ ਦੁੱਕਾ ਚਿੱਤਰ ਲੈ ਕੇ ਤਰੋਲਾ 10-12 ਸਾਲ ਤੋਂ ਇਹ ਲੋਕ ਪਾਈ ਜਾ ਰਹੇ ਨੇ। ਔਰ ਅਸੀਂ ਬਾਜ਼ ਔਕਾਤ ਇਸ ਵਾਸਤੇ ਇਸ ਵਿਸ਼ੇ ਦੇ ਉੱਤੇ ਗੱਲ ਕਰਨੋਂ ਡਰ ਜਾਂਦੇ ਹਾਂ ਕਿ ਕਿਤੇ ਦੂਸਰੇ ਧੜੇ ਦੀ ਸੰਗਤ ਨਾਰਾਜ਼ ਹੋ ਗਈ ਅਤੇ ਮੇਰੀ ਵੀਕ ਨਾ ਕਟਵਾ ਦੇਵੇ, ਜਾਂ ਕੋਈ ਸੰਗਤ ਨਾਰਾਜ਼ ਹੋ ਕੇ ਮੈਨੂੰ ਸਰੋਪਾ ਪਾ ਕੇ ਤੋਰ ਨਾ ਦੇਵੇ, ਅਤੇ ਐਸਾ ਨਾ ਹੋਵੇ ਕਿ ਮੈਂ ਆਇਆ ਔਰ ਮੇਰੀ ਟਿਕਟ ਦੇ ਪੈਸੇ ਵੀ ਪੂਰੇ ਨਾ ਹੋਣ। ਗੁਰੂ 'ਤੇ ਭਰੋਸਾ ਨਹੀਂ ਹੈ, ਗੁਰੂ 'ਤੇ ਭਰੋਸਾ ਨਹੀਂ ਕਿ ਜੋ ਸਤਿਗੁਰ ਨੇ ਦੇਣਾ ਹੈ ਉਹਨੇ ਦੇ ਦੇਣਾ ਹੈ, ਉਹਨੇ ਜੰਗਲ 'ਤੇ ਬੈਠੇ ਨੂੰ ਵੀ ਦੇ ਦੇਣਾ। ਇਹ ਜੋ ਸ਼ੰਕਾ ਮਨ 'ਚ ਪੈਦਾ ਹੁੰਦੀ, ਇਸ ਕਰਕੇ ਬਹੁਤ ਸਾਡੇ ਕਥਾਵਾਚਕ, ਬਹੁਤ ਸਾਡੇ ਪ੍ਰਚਾਰਕ ਇਸ ਵਿਸ਼ੇ ਨੂੰ ਛੂਹ ਤੋਂ ਜਾਂਦੇ ਨੇ। ਦੂਸਰਾ ਕਾਰਨ, ਇਹ ਵਿਸ਼ਾ ਬਹੁਤ ਮਿਹਨਤ ਮੰਗਦਾ, ਕਿਉਂਕਿ ਪਹਿਲਾਂ ਇੱਕ ਚਰਿੱਤਰ ਪੜ੍ਹਨਾ, ਫਿਰ ਉਹਦੇ ਵਿੱਚੋਂ ਤੱਥ ਕੱਢਣਾ ਗੁਰਬਾਣੀ ਦੇ ਅਨੁਸਾਰ। ਜਿਨ੍ਹਾਂ ਸੱਜਣਾਂ ਨੇ ਲਾਅ ਕੀਤਾ ਉਹਨਾਂ ਨੂੰ ਪਤਾ ਕਿ ਕਾਨੂੰਨ ਦੀ ਕਿਤਾਬ ਜਦੋਂ ਪੜ੍ਹਾਈ ਜਾਂਦੀ ਹੈ, ਉਹਦੇ ਅਖੀਰ ਦੇ ਉੱਤੇ ਕੁਛ ਚੈਪਟਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੇਸ ਨੇ, ਉਹਨਾਂ ਨੂੰ ਸਟੱਡੀ ਕੇਸ ਕਿਹਾ ਜਾਂਦਾ। ਉਹ 'ਚ ਨਿਰਣਾ ਨਹੀਂ ਕੀਤਾ ਹੁੰਦਾ ਵੀ ਕਿੰਨੇ ਕੀ ਕੀਤਾ, ਉਹ ਤੁਸੀਂ ਆਪ ਪੜ੍ਹ ਕੇ ਆਪ ਲੱਭਣਾ ਹੁੰਦਾ। ਇਹਦੇ ਵਿੱਚ ਅਸੀਂ ਬਚਪਨ 'ਚ ਵੀ ਕਹਾਣੀਆਂ ਪੜ੍ਹਦੇ ਆ ਰਹੇ ਹਾਂ ਵੀ ਇੱਕ ਕਾਂ ਹੈ, ਉਹਨੂੰ ਪਿਆਸ ਲੱਗੀ ਹੈ, ਉਹ ਉੱਡਦਾ ਗਿਆ ਹੈ ਜੰਗਲ 'ਚ, ਉਹਨੇ ਘੜਾ ਦੇਖਿਆ, ਪੱਥਰ ਪਾਏ, ਪਾਣੀ ਉੱਤੇ ਆਇਆ, ਪਾਣੀ ਪੀਤਾ, ਉੱਡ ਗਿਆ। ਹੁਣ ਜੇ ਅਸੀਂ ਸਿੱਖਿਆ ਲਈ, ਸਿੱਖਿਆ ਇਹ ਲਈ ਕਿ ਜਿੱਥੇ ਚਾਹ ਉੱਥੇ ਦਾ ਵੀ ਆਪਣੇ ਯਤਨ ਜਾਰੀ ਰੱਖੋ, ਸਫਲਤਾ ਮਿਲ ਜਾਂਦੀ ਹੈ। ਅਤੇ ਜੇ ਅਸੀਂ ਉਲਝਣਾ ਹੈ ਤਾਂ ਫਿਰ ਅਸੀਂ ਕਹਾਂਗੇ ਜੰਗਲ 'ਚ ਘੜਾ ਕਿੱਥੋਂ ਆਇਆ, ਕੌਣ ਰੱਖ ਗਿਆ, ਪੱਥਰ ਕਿੱਥੋਂ ਲੈ ਕੇ ਆਇਆ, ਤਾਂ ਉਹਨੂੰ ਅਕਲ ਕਿੱਥੋਂ ਆਈ, ਲਾਗੇ ਦਰਿਆ ਦੀ ਕਿਉਂ ਨਾ ਚਲਾ ਗਿਆ ਜਿੱਥੋਂ ਘੜਾ ਭਰ ਕੇ ਜਾਂਦਾ ਸੀ। ਜੇ ਆਪਾਂ ਇਹਨਾਂ ਚੱਕਰਾਂ ਦੇ ਵਿੱਚ ਪੈ ਗਏ ਸੀ, ਨਤੀਜੇ 'ਚ ਨਹੀਂ ਪਹੁੰਚ ਸਕਦੇ। ਅੱਜ ਦੇ ਵਿੱਚ ਚਿੱਤਰੋ ਪਾਖਿਆਨ ਦੀ ਕਥਾ ਸ਼ੁਰੂ ਕਰਨ ਜਾ ਰਹੇ ਹਾਂ। ਇਹਦੀ ਸ਼ੁਰੂਆਤ ਹੁੰਦੀ ਹੈ, ਚਿੱਤਰ ਸਿੰਘ ਨਾਮ ਦਾ ਰਾਜਾ ਹੈ, ਬਹੁਤ ਸੁੰਦਰ ਧਨਾਲ, ਬਹੁਤ ਬਲੀ ਰਾਜਾ ਹੈ। ਉਸ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਅਪਸਰਾ ਉਤਰਦੀ ਹੈ, ਜਿਸ ਨਾਲ ਉਹਦਾ ਵਿਆਹ ਹੁੰਦਾ। ਉਸ ਅਪਸਰਾ ਦੇ ਪੇਟ 'ਚੋਂ ਇੱਕ ਬੱਚਾ ਜਨਮ ਲੈਂਦਾ ਹੈ, ਹਨੂੰਮੰਤ ਸਿੰਘ ਨਾਮ ਦਾ। ਸਮਾਂ ਪਾ ਕੇ ਉਹ ਗਾਇਬ ਹੋ ਜਾਂਦੀ ਹੈ, ਕਿਤੇ ਚਲੀ ਜਾਂਦੀ ਹੈ, ਅਲੋਪ ਹੋ ਜਾਂਦੀ ਹੈ, ਰਾਜਾ ਵਿਆਕੁਲ ਹੋ ਜਾਂਦਾ, ਮਰਨ ਕਿਨਾਰੇ ਪੈ ਜਾਂਦਾ ਹੈ। ਕਹਿੰਦਾ ਹੈ ਕਿ ਮੈਨੂੰ ਉਹ ਹੀ ਚਾਹੀਦੀ ਹੈ, ਨਹੀਂ ਤਾਂ ਮੈਂ ਅੱਜ ਮਰਿਆ, ਮੈਂ ਕੱਲ੍ਹ ਮਰਿਆ। ਮੰਤਰੀ ਵਿਚਾਰ ਕਰਦੇ ਨੇ ਜੀ ਕਿ ਇਸ ਤਰ੍ਹਾਂ ਹੋ ਗਿਆ ਅਤੇ ਰਾਜਾ ਮਰ ਗਿਆ ਅਤੇ ਬੜੀ ਦਿੱਕਤ ਖੜੀ ਹੋ ਗਈ, ਇਹਦਾ ਕੁਛ ਕਰੀਏ। ਉਹ ਦੂਤ ਭੇਜਦੇ ਨੇ ਦੂਰ ਦੇਸ਼ਾਂ ਦੇ ਵਿੱਚ,
ਉੜੀਸਾ ਦੇ ਕਿਸੇ ਨਗਰ ਦੇ ਵਿੱਚ ਉਹ ਸੁਹੀਏ ਨੂੰ ਕਿਸੇ ਰਾਜੇ ਦੀ ਬੇਟੀ ਛੱਤ ਤੇ ਖੜੀ ਨਜ਼ਰ ਆਉਂਦੀ। ਉਹ ਭਾਅ ਇਸ ਤਰ੍ਹਾਂ ਪਹਿਲਾਂ ਜਿਵੇਂ ਉਹਨਾਂ ਦੀ ਰਾਣੀ ਹੈ, ਉਹ ਰਾਜੇ ਨੂੰ ਕਹਿੰਦਾ ਕਿ ਰਾਣੀ ਲੱਭ ਗਈ ਹੈ। ਉਹ ਆਪਣੇ ਪੁੱਤਰ ਹਨੂੰਮੰਤ ਨੂੰ ਸੈਨਾ ਦੇ ਕੇ ਤੋਰਦਾ, ਉਹ ਯੁੱਧ ਕਰਦਾ, ਰਾਣੀ ਨੂੰ ਜਿੱਤ ਲੈਂਦਾ। ਉਸ ਰਾਜੇ ਦੀ ਕਹਿੰਦੇ ਖੁਸ਼ ਆ ਵੀ ਇਸਨੇ ਬਾਹੂ ਬਲੀ ਰਾਜੇ ਨੇ ਮੈਨੂੰ ਜਿੱਤਿਆ, ਵਰਿਆ ਹੈ ਮੈਨੂੰ। ਪਰ ਜਦੋਂ ਮਹਿਲ ਦੇ ਵਿੱਚ ਪਹੁੰਚਦੀ ਹੈ ਤਾਂ ਉਹਨੂੰ ਆਪਣੇ ਪਿਤਾ ਨੂੰ ਅਰਪਿਤ ਕਰ ਦਿੰਦਾ। ਆਪਾਂ ਆਸਾ ਜੀ ਕੀ ਵਾਰ ਪੜ੍ਹਦੇ ਹੁੰਦੇ ਅਸਰਾਜੀ ਦੀ ਧੁਨੀ, ਉਹੀ ਕਹਾਣੀ ਹੈ। ਉਹ ਅਪਸਰਾ ਰਾਜੇ ਦੇ ਕੋਲ ਆਉਂਦੀ ਹੈ, ਹਨੂੰਮਾਨ ਦੇ ਕੋਲ, ਕਹਿੰਦੀ ਜਿੱਤ ਕੇ ਮੈਨੂੰ ਤੂੰ ਲੈ ਕੇ, ਮੈਨੂੰ ਇਸ ਬੁੱਢੇ ਦੇ ਹੱਥ ਕਿਉਂ ਦਿੱਤਾ? ਤੇਰਾ ਮੇਰਾ ਜੋੜ ਬਣਦਾ ਹੈ ਤੇ ਮੇਰੇ ਪਿਤਾ ਦੀ ਉਮਰ ਮੇਰਾ ਜੋੜ ਵੀ ਬਣਦਾ। ਅੱਜ ਸਮਾਜ ਦੇ ਵਿੱਚ ਬਹੁਤ ਥਾਵਾਂ ਤੇ ਅਸੀਂ ਦੇਖਦੇ ਹਾਂ ਜੋ ਰਿਸ਼ਤੇ ਤਾਰ ਤਰ ਹੁੰਦੇ ਨੇ ਉੱਥੇ ਵਿਆਹ ਦੇ ਵਿੱਚ ਉਮਰ ਦਾ ਜਿਹੜਾ ਫਰਕ ਜ਼ਿਆਦਾ ਪੈ ਜਾਂਦਾ, ਉਹਨਾਂ ਘਰਾਂ ਦੇ ਵਿੱਚ ਰਿਸ਼ਤੇ ਟੁੱਟਦੇ ਨੇ, ਦਿੱਕਤ ਖੜੀ ਹੁੰਦੀ ਹੈ। ਹੁਣ ਕਹਿੰਦੀ ਅਗਰ ਤੂੰ ਨਹੀਂ ਮੇਰੀ ਗੱਲ ਮੰਨੇਗਾ ਤਾਂ ਮੈਂ ਸ਼ੋਰ ਮਚਾਵਾਂਗੀ। ਉਹ ਇਸ ਤਰ੍ਹਾਂ ਹੀ ਕਰਦੀ, ਆਪਣੇ ਕੱਪੜੇ ਪਾੜਦੀ, ਸ਼ੋਰ ਮਚਾਉਂਦੀ। ਸਿਪਾਹੀ ਆਉਂਦੇ ਰਾਜੇ ਨੂੰ, ਕਹਿੰਦੀ ਵੀ ਤੇਰੇ ਪੁੱਤਰ ਨੇ ਮੇਰੇ ਨਾਲ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਕਾਮ ਦੇ ਵਿੱਚ ਅੰਨਾ ਰਾਜਾ, ਉਹ ਕਹਿੰਦਾ ਕਿ ਇਹਨੂੰ ਫਾਂਸੀ ਚੜ੍ਹਾ ਦਿਓ, ਇਹਨੂੰ ਕਤਲ ਕਰ ਦਿਓ। ਹੁਣ ਇੱਥੇ ਕਹਾਣੀ ਬਦਲੀ ਹੈ, ਕਿਉਂਕਿ ਅਸ ਰਾਜੇ ਦੀ ਗੁੱਟ ਵੱਢ ਕੇ ਉਹਨੂੰ ਖੂਹ 'ਚ ਸੁੱਟਦਾ ਸੀਗਾ। ਇੱਥੇ ਮੰਤਰੀ ਸਿਆਣਾ ਰਾਜੇ ਨੂੰ, ਕਹਿੰਦਾ ਰਾਜਨ ਵੀ ਮੈਨੂੰ ਇਹਦਾ ਪੱਖ ਰੱਖ ਲੈਣ ਦੇ ਤਾਂ ਕਿ ਪਤਾ ਲੱਗੇ ਵੀ ਸੱਚਾ ਕੌਣ ਝੂਠਾ ਕੌਣ। ਇੱਕ ਤਰਫਾ ਗੱਲ ਸੁਣ ਕੇ ਫੈਸਲਾ ਕਰ ਦੇਣਾ, ਇੱਕ ਤਰਫਾ ਗੱਲ ਸੁਣ ਕੇ ਨਿਆਂ ਕਰ ਦੇਣਾ, ਇਹ ਦਿਆਨਤਦਾਰੀ ਨਹੀਂ ਹੈ, ਇਹ ਰਾਜੇ ਦਾ ਕਰਤੱਵ ਨਹੀਂ ਹੈ। ਸੋ ਰਾਜਾ ਉਸ ਮੰਤਰੀ ਦੀ ਗੱਲ ਸਮਝਦਾ ਹੈ, ਕਹਿੰਦਾ ਠੀਕ ਹੈ ਤੂੰ ਇਹਦਾ ਪੱਖ ਮੇਰੇ ਮੂਹਰੇ ਰੱਖ। ਸੋ ਉਹ ਹਰ ਰੋਜ਼ ਉਹਨੂੰ ਇੱਕ ਨਵੀਂ ਕਹਾਣੀ ਸੁਣਾਉਂਦਾ ਰਾਜੇ ਨੂੰ, ਹਰ ਰੋਜ਼ ਇਹ 405 ਕਹਾਣੀਆਂ ਦੇ ਬਾਅਦ ਰਾਜੇ ਦੀ ਜਿਹੜੀ ਮਤ ਬਦਲ ਜਾਂਦੀ, ਸਬੁੱਧ ਬਾਤ ਆ ਜਾਂਦੀ ਹੈ, ਉਹ ਉਹਨੂੰ ਫਰੀ ਕਰ ਦਿੰਦਾ ਹੈ। ਆਪਾਂ ਇਹਨਾਂ 405 ਕਹਾਣੀ ਦੇ ਵਿੱਚੋਂ ਇੱਕ ਕਹਾਣੀ ਦੇਖਣੀ ਹੈ, ਉਹ ਕਿਸ ਤਰ੍ਹਾਂ ਉਹਦੀ ਮਤ ਬਦਲਦਾ ਹੈ। ਹੁਣ ਜਿਹੜੇ ਕਹਿੰਦੇ ਕਹਾਣੀਆਂ ਦੀ ਕੀ ਲੋੜ, ਕੀ ਗੁਰਬਾਣੀ ਇਨਫ ਨਹੀਂ ਹੈ ਸਾਨੂੰ ਸਿਰ ਦੇਣ ਵਾਸਤੇ, ਜਦੋਂ ਉਹਨਾਂ ਦੀ ਕਥਾ ਸੁਣਦੇ ਤਾਂ ਉਹ ਵੀ ਇਹੋ ਕੁਛ ਸੁਣਾਉਂਦੇ ਨੇ। ਫਲਾਣਾ ਸੰਤ ਹੈ, ਉਹਨੇ ਕਿਸੇ ਨੂੰ ਕਹਿਤਾ ਵੀ ਜਿਹੜੀ ਕੁੱਤੀ ਹੈ ਜਿਹਦੀ ਮਾਂ, ਇਸਾਂ ਦੀ ਕਹਾਣੀ ਹੈ। ਫਲਾਣਾ ਸੰਤ ਉਹਨੇ ਸੁਖਨਾ ਸਾਹਿਬ ਰਚਿਆ, ਫਲਾਣਾ ਇੱਦਾਂ। ਕੀ ਲੋੜ ਪੈਂਦੀ ਹੈ ਤੁਹਾਨੂੰ ਉਹਨਾਂ ਪਖੰਡੀਆਂ ਬਾਰੇ ਗੱਲਾਂ ਸੁਣਨੀ, ਤਾਂ ਕਿ ਸੰਗਤ ਨੂੰ ਉਹਨਾਂ ਤੋਂ ਸੁਚੇਤ ਕੀਤਾ ਜਾ ਸਕੇ। ਇੱਥੇ ਵੀ ਗੁਰਬਾਣੀ 'ਚ ਹੈ ਸਾਡੇ ਕੋਲ, ਪਰ ਹਰੇਕ ਦੀ ਬੁੱਧ ਇਤਨੀ ਪ੍ਰਬਲ ਨਹੀਂ ਹੈ ਕਿ ਉਹਨਾਂ ਰੋਜ਼ ਅਰਥਾਂ ਨੂੰ ਸਮਝ ਸਕੇ। ਸੋ ਉਦਾਹਰਣਾਂ ਦੇ ਰੂਪ ਦੇ ਵਿੱਚ ਕਹਾਣੀਆਂ ਨੇ। ਅੱਜ ਜੋ ਆਪਾਂ ਚਿੱਤਰ ਕਰਨ ਜਾ ਰਹੇ ਹਾਂ, ਚਿੱਤਰ ਨੰਬਰ 5 ਹੈ। ਹਾਂਜੀ, ਸ੍ਰੀ ਵਾਹਿਗੁਰੂ ਜੀ ਦੋਹਰਾ ਬੰਦ ਸਾਲ ਤੋਂ ਭੂਗ ਤਬ ਨਿਜ ਸੁੱਤ ਦਿਓ ਪਠਾਏ। ਰਾਜਾ ਜੀ ਕਰਦਾ ਹਰ ਰੋਜ਼ ਇੱਕ ਕਹਾਣੀ ਸੁਣਦਾ ਤੇ ਸ਼ਾਮ ਨੂੰ ਕਹਾਣੀ ਖਤਮ ਹੋਣ ਦੇ ਬਾਅਦ ਆਪਣੇ ਪੁੱਤਰ ਨੂੰ ਵਾਪਿਸ ਫਿਰ ਜੇਲ੍ਹ ਦੇ ਵਿੱਚ ਭੇਜ ਦਿੰਦਾ। ਹੋਰ ਹੋਤ ਆਪਣੇ ਨਿਗਟ ਬਾਹਰੋਂ ਲਿਓ ਬੁਲਾਏ। ਜਦ ਦਿਨ ਚੜ੍ਹਦਾ ਹੈ ਤੇ ਉਹਨੂੰ ਵਾਪਸ ਫਿਰ ਸੱਦ ਲੈਂਦਾ ਹੈ, ਦਰਬਾਰ ਲੰਘ ਜਾਂਦਾ ਹੈ ਤੇ ਉੱਥੇ ਮੰਤਰੀ ਹੁਣ ਫਿਰ ਕੋਈ ਨਵੀਂ ਕਹਾਣੀ ਸੁਣਾਉਂਦਾ ਹੈ। ਚਾਹ ਭਾਈ ਬੰਦ ਸਾਲ ਨਿਰਕਪੂਤ ਬਿਠਾਇਓ। ਜਦ ਕਹਾਣੀ ਖਤਮ ਹੁੰਦੀ ਹੈ ਤੇ ਆਪਣੇ ਪੁੱਤਰ ਨੂੰ ਜੇਲ੍ਹ 'ਚ ਭੇਜ ਦਿੰਦਾ ਹੈ। ਭਾਈ ਹੋਰ ਫਿਰ ਪਕੜ ਮੰਗਾਇਓ। ਜਦ ਦਿਨ ਚੜ੍ਹਦਾ ਹੈ ਤੇ ਉਹਨੂੰ ਫਿਰ ਪਕੜ ਕੇ ਆਪਣੇ ਦਰਬਾਰ ਦੇ ਵਿੱਚ ਮੰਗਾਉਂਦਾ, ਦਰਬਾਰ ਲੱਗਦਾ ਤੇ ਇੱਕ ਨਵੀਂ ਕਹਾਣੀ ਸ਼ੁਰੂ ਹੁੰਦੀ ਹੈ। ਮੰਤਰੀ ਪ੍ਰਭ ਤੋਂ ਬਚਨ ਉਚਾਰੇ। ਮੰਤਰੀ ਰਾਜੇ ਦੇ ਸਨਮੁਖ ਇੱਕ ਕਹਾਣੀ ਫਿਰ ਸੁਣਾਉਣ ਲੱਗਾ ਹੈ, ਬਚਨ ਉਚਾਰਦਾ ਹੈ। ਹਾਂਜੀ, ਜਾਨਕ ਸੋਕ ਦੂਰ ਕਰ ਡਾਰੇ। ਜਿਹਨੂੰ ਸੁਣ ਕੇ ਰਾਜੇ ਦੇ ਮਨ ਦਾ ਝੋਰਾ ਹੌਲੀ ਹੌਲੀ ਦੂਰ ਹੁੰਦਾ ਹੈ, ਬੁੱਧ ਵਿੱਚ ਪ੍ਰਕਾਸ਼ ਹੁੰਦਾ ਹੈ, ਦਿਮਾਗ ਖੁੱਲ੍ਹਦਾ ਹੈ। ਹਾਂਜੀ, ਦੋਹਰਾ ਇੱਕ ਜੋਗੀ ਬਨ ਮੈਂ ਹੁਸਦੋ ਦਰੁਮ ਮੈਂ ਕੁੱਟੀ ਬਣਾਏ। ਉਹਨੂੰ ਕਹਾਣੀ ਸੁਣਾਉਂਦਾ ਅੱਜ ਇੱਕ ਜੋਗੀ ਦੀ। ਕਹਿੰਦਾ ਜੰਗਲ ਦੇ ਵਿੱਚ ਇੱਕ ਜੋਗੀ ਰਹਿੰਦਾ ਹੈ, ਉਸ ਜੋਗੀ ਨੇ ਇੱਕ ਬਹੁਤ ਵੱਡੇ ਪੇੜ ਦੇ ਵਿੱਚ ਕੁਟੀਆ ਬਣਾਈ ਹੋਈ ਹੈ ਆਪਣੀ। ਹਾਂਜੀ, ਏਕ ਸਾਹ ਕੀ ਸੁਤਾ ਕੋ ਲੈ ਗਿਓ ਮੰਤਰ ਚਲਾਏ। ਉਹਨੇ ਕੁਟੀਆ ਇਸ ਤਰ੍ਹਾਂ ਦੀ ਬਣਾਈ ਹੋਈ ਹੈ, ਬਹੁਤ ਵੱਡੇ ਦਰਖਤ ਨੂੰ ਕੱਟ ਕੇ ਵਿੱਚੋਂ ਖੋਖਲਾ ਕੀਤਾ ਹੋਇਆ, ਜਿਤਨਾ ਖਲੋ ਸਕੇ ਜਿਤਨਾ ਬਹਿ ਸਕੇ। ਜਿਹੜੀ ਛੱਲ ਹੈ ਉਹ ਛੱਲ ਤਾਂ ਨੂੰ ਛੱਲੀ ਹੋਈ ਹੈ, ਕੱਟੀ ਨਹੀਂ ਹੋਈ।
ਤੇ ਉਹ ਛੱਲ ਦਾ ਉੱਤੇ ਪਰਦਾ ਪਿਆ ਜੇ ਪਤਾ ਲੱਗਦਾ ਨਹੀਂ ਹੈ ਕਿ ਇਹਦੇ ਅੰਦਰ ਕੁਛ ਬਹਿਣ ਨੂੰ ਜਗ੍ਹਾ ਹੈ ਕਿ ਨਹੀਂ ਹੈ। ਇਸ ਪ੍ਰਕਾਰ ਦਾ ਤੁਪ ਤੋਂ ਉਹਨੇ ਦਰਖਤ ਕੱਟ ਕੇ ਭੂਰਾ ਬਣਾਇਆ ਹੋਇਆ। ਉਹ ਨਗਰ ਦੇ ਵਿੱਚ ਆਉਂਦਾ ਹੈ, ਆਪਣਾ ਰੋਟੀ ਪਾਣੀ ਮੰਗਦਾ ਹੈ ਔਰ ਚਲਾ ਜਾਂਦਾ ਹੈ। ਉਸ ਨਗਰ ਦੇ ਵਿੱਚ ਇੱਕ ਸ਼ਾਹ ਦੀ ਬੇਟੀ ਹੈ ਜਿਹੜੀ ਸੂਰਜਵਾਨ ਹੈ, ਜਿਹਦੇ ਮਨ ਵਿੱਚ ਧਰਮ ਦੀ ਇੱਕ ਭੁੱਖ ਪੈਦਾ ਹੋਈ ਹੈ। ਹੁਣ ਉਹ ਜਿਸ ਤਰ੍ਹਾਂ ਤੁਸੀਂ ਅਕਸਰ ਦੇਖਦੇ ਹਾਂ ਨੂਰ ਮਹਿਲੀਏ ਜਾਂ ਰਾਮ ਰਾਏ ਵਾਲੇ, ਰਾਮ ਰਹੀਮ ਵਾਲੇ ਜਾਂ ਹੋਰ ਜਿਹੜੇ ਨਰਕਧਾਰੀ ਦੂਸਰੇ ਤੀਸਰੇ ਜਿਹੜੇ ਪੰਥ ਦੇ ਬਰਾਬਰ ਪੰਥ ਚਲਾ ਰਹੇ ਨੇ, ਉਹਨਾਂ ਦੇ ਕੋਲ ਲੋਕ ਜਾਂਦੇ ਤੇ ਹੋਰ ਕੰਮ ਵਾਸਤੇ ਤੇ ਫਸ ਜਾਂਦੇ ਨੇ। ਇੱਥੇ ਵੀ ਇਹੋ ਹੀ ਹੈ। ਉਹ ਬੱਚੀ ਉਹਦੇ ਨਾਲ ਗੱਲਬਾਤ ਕਰਦੀ ਹੈ ਕਿ ਮੈਂ ਸੱਚ ਦਾ ਰਾਹ ਲੱਭਣਾ ਚਾਹੁੰਦੀ ਹਾਂ। ਉਹ ਉਹਨੂੰ ਇਹ ਭੜਕਾ ਕੇ ਲੈ ਜਾਂਦਾ ਹੈ ਕਿ ਸੱਚ ਦਾ ਰਾਹ ਗ੍ਰਸਥ ਦਾ ਮਾਰਗ ਨਹੀਂ ਹੈ, ਇਹ ਭੋਗੀਆਂ ਦਾ ਮਾਰਗ ਨਹੀਂ ਹੈ, ਇਹ ਜੋਗੀਆਂ ਦਾ ਮਾਰਗ ਹੈ। ਉਹਨੂੰ ਆਪਣੀ ਗੱਲਾਂ ਦੇ ਵਿੱਚ ਲਾ ਕੇ ਆਪਣੇ ਨਾਲ ਜੰਗਲ ਦੇ ਵਿੱਚ ਲੈ ਜਾਂਦਾ ਹੈ। ਜਦ ਜੰਗਲ ਦੇ ਵਿੱਚ ਲੈ ਜਾਂਦਾ ਹੈ ਤੇ ਨਗਰ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਕਿਉਂਕਿ ਸ਼ਾਹੂਕਾਰ ਦੀ ਬੇਟੀ ਹੈ, ਅਮੀਰ ਬੰਦੇ ਦੀ ਬੇਟੀ ਹੈ। ਹਾਂਜੀ, ਚਾਹ ਪਈ ਕਾਸ਼ਕਾਰ ਕੋ ਸਾਹਿਬ ਜਾਣਿਆ। ਇੱਕ ਸ਼ਾਹੂਕਾਰ ਹੈ ਬਹੁਤ ਅਮੀਰ, ਜਿਹੜਾ ਸ਼ਹਿਰ ਦੇ ਨਗਰ ਦੇ ਵਿੱਚ ਜਾਣਿਆ ਜਾਂਦਾ ਹੈ। ਸਹਿਜ ਕਲਾ ਤੇ ਸੁਤਾ ਬਖੰਨਿਆ ਦਾ, ਉਹਦੀ ਬੇਟੀ ਹੈ ਜਿਹਦਾ ਨਾਮ ਸਹਿਜ ਕਲਾ ਹੈ। ਸਹਿਬ ਕਮਾਲ ਨੇ ਬੜਾ ਕਮਾਲ ਦਾ ਕੰਮ ਚਿੱਤਰਾਂ ਦੇ ਵਿੱਚ ਇਹ ਕੀਤਾ ਹੈ ਕਿ ਨਾਮ ਇਸ ਪ੍ਰਕਾਰ ਦੇ ਰੱਖੇ ਨੇ, ਨਾਮ ਤੋਂ ਪਤਾ ਚੱਲ ਜਾਂਦਾ ਕਿ ਚਿੱਤਰ ਕਿਹੜੇ ਪਾਸੇ ਜਾਣ ਲੱਗਾ। ਨਾਮ ਦੱਸ ਦਿੰਦਾ ਹੈ ਕਿ ਜਿਸ ਬਾਰੇ ਗੱਲ ਕਰਨ ਲੱਗੇ ਹੈ ਉਹ ਸਬੁੱਧੀ ਦਾ ਮਾਲਕ ਹੈ ਕਿ ਕੁਬੁੱਧੀ ਦਾ ਮਾਲਕ ਹੈ। ਇੱਥੇ ਜੋ ਬੱਚੀ ਹੈ ਸ਼ਾਹੂਕਾਰ ਦੀ, ਉਹਦਾ ਨਾਂ ਸਹਿਜ ਕਲਾ ਹੈ। ਹਾਂਜੀ, ਤਾਕੋ ਹਰ ਜੋਗੀ ਲੈ ਗਏ। ਉਹ ਜੋਗੀ ਜਿਹੜਾ ਹੈ ਨਗਰ ਦੇ ਵਿੱਚ ਆਉਂਦਾ ਹੈ, ਮੰਗਦਾ ਹੈ, ਆਪਣੀ ਰੋਟੀ ਪਾਣੀ ਇਕੱਠੀ ਕਰਦਾ ਹੈ, ਸਾਰਾ ਦਿਨ ਨਗਰ ਦੇ ਵਿੱਚ ਰਹਿੰਦਾ ਹੈ ਆਪਣਾ ਆਸਣ ਲਾ ਕੇ, ਤੇ ਸ਼ਾਮ ਨੂੰ ਜੰਗਲ ਨੂੰ ਚਲਾ ਜਾਂਦਾ ਹੈ। ਪਿੰਡ ਦੀਆਂ ਸੰਗਤਾਂ ਨਗਰ ਦੀਆਂ ਉਹਦੇ ਕੋਲ ਆਉਂਦੀਆਂ ਤੇ ਉਹਨਾਂ ਦੇ ਵਿੱਚ ਬੱਚੀ ਵੀ ਆਉਂਦੀ ਹੈ। ਗੱਲਾਂ ਗੱਲਾਂ ਦੇ ਵਿੱਚ ਉਹ ਜਿਹੜੀ ਸ਼ਾਹੂਕਾਰ ਦੀ ਬੇਟੀ ਹੈ ਉਸ ਜੋਗੀ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ। ਰਾਕਤ ਏਟ ਬਿਰਸ਼ ਮੈਂ ਭਇਓ। ਜੋਗੀ ਕੀ ਕਰਦਾ ਹੈ ਕਿ ਉਹਨੂੰ ਗੱਲਾਂ ਦੇ ਵਿੱਚ ਲਾ ਕਰਕੇ ਆਪਣੇ ਨਾਲ ਲੈ ਜਾਂਦਾ ਹੈ ਤੇ ਉਹਨੂੰ ਉਸ ਦਰਖਤ ਦੇ ਵਿੱਚ ਜਿੱਥੇ ਆਪ ਰਹਿੰਦਾ ਹੈ ਉਹਨੂੰ ਉੱਥੇ ਹੀ ਰੱਖਦਾ ਆਪਣੇ ਨਾਲ। ਇੱਧਰ ਨਗਰ ਦੇ ਵਿੱਚ ਰੌਲਾ ਪੈ ਜਾਂਦਾ ਹੈ, ਰਾਜੇ ਦੀਆਂ ਫੌਜਾਂ ਐਕਟਿਵ ਹੋ ਜਾਂਦੀਆਂ ਨੇ, ਖੱਪ ਸਾਰੇ ਪਾਸੇ ਪੈ ਜਾਂਦੀ ਕਿ ਸ਼ਾਹੂਕਾਰ ਦੀ ਜੋ ਬੇਟੀ ਹੈ ਉਹ ਗਾਇਬ ਹੋ ਗਈ ਹੈ, ਨਜ਼ਰ ਨਹੀਂ ਆ ਰਹੀ। ਪੁਰਾਣੇ ਵਕਤਾਂ ਦੇ ਅੰਦਰ ਨਗਰ ਇਸ ਤਰ੍ਹਾਂ ਨਹੀਂ ਹੋਇਆ ਕਰਦੇ ਸਨ ਜਿਸ ਤਰ੍ਹਾਂ ਅੱਜ ਨੇ। ਇੱਕੋ ਹੀ ਦਰਵਾਜ਼ਾ ਹੋਇਆ ਕਰਦਾ ਸੀ ਔਰ ਉਹ ਦਰਵਾਜ਼ਾ ਅੰਮ੍ਰਿਤ ਵੇਲੇ ਖੁੱਲ੍ਹ ਕੇ ਸ਼ਾਮ ਨੂੰ ਬੰਦ ਹੋ ਜਾਇਆ ਕਰਦਾ ਸੀ। ਉਸ ਦਰਵਾਜ਼ੇ ਦੇ ਪਹਿਰੇਦਾਰ ਹੋਇਆ ਕਰਦੇ ਸਨ ਜਿਨ੍ਹਾਂ ਦੀ ਨਿਗਾਹ ਆਉਣ ਵਾਲਿਆਂ 'ਤੇ ਅਤੇ ਜਾਣ ਵਾਲਿਆਂ 'ਤੇ ਹੁੰਦੀ ਸੀ ਵੀ ਨਗਰ ਦੇ ਵਿੱਚ ਕੌਣ ਆ ਰਿਹਾ, ਜਿਵੇਂ ਆਪਣੇ ਇੱਥੇ ਚੈੱਕ ਪੋਸਟਾਂ ਨੇ ਜਾਂ ਆਪਾਂ ਜਦੋਂ ਚੈੱਕਿੰਗ ਕਰਦੇ ਹਾਂ ਅਤੇ ਬਾਰਡਰ ਨੇ, ਬਾਰਡਰ ਦੇ ਉੱਤੇ ਇਮੀਗ੍ਰੇਸ਼ਨ ਆਫਿਸ ਨੇ, ਇਸ ਤਰ੍ਹਾਂ ਦੇ ਹੋਇਆ ਕਰਦੇ ਸਨ। ਉਹ ਜੋਗੀ ਉਸ ਬੱਚੀ ਨੂੰ ਆਪਣੀ ਗੱਲਾਂ ਦੇ ਵਿੱਚ ਲਾ ਕੇ ਕਿਸੇ ਤਰੀਕੇ ਨਗਰ ਦੇ ਵਿੱਚੋਂ ਕੱਢ ਕੇ ਲੈ ਗਿਆ ਅਤੇ ਆਪਣੇ ਨਾਲ ਉਹਨੇ ਉਹਨੂੰ ਉਸੇ ਨਗਰ ਦੇ ਵਿੱਚ, ਉਸੇ ਜੰਗਲ ਦੇ ਵਿੱਚ, ਉਸ ਬ੍ਰਿਸ਼ ਦੇ ਵਿੱਚ ਰੱਖ ਲਿਆ ਜਿਸ ਬ੍ਰਿਸ਼ ਦੀ ਛੱਲ ਛਿੱਲ ਕੇ ਅਤੇ ਥੱਲੋਂ ਖੋਖਲਾ ਕਰਕੇ ਇੱਕ ਜਗ੍ਹਾ ਬਣਾਈ ਹੋਈ ਹੈ ਬੈਠਣ ਵਾਸਤੇ, ਰਹਿਣ ਵਾਸਤੇ। ਹਾਂਜੀ, ਦੋਹਰਾ ਕਰੀ ਕਿਵਾਰੀ ਬ੍ਰਿਸ਼ ਕੀ ਖੋਦ ਕੀ ਉਹ ਦੇਹ ਗ੍ਰਹਿ। ਉਹਨੇ ਕਿਵਾਰੀ ਬਣਾਈ ਹੋਈ ਹੈ, ਖਿੜਕੀ ਛੋਟਾ ਜਿਹਾ ਦਰਵਾਜ਼ਾ, ਉਹਦੇ ਅੰਦਰ ਦਰਖਤ ਦੇ ਜਾਣ ਵਾਸਤੇ ਉਹਨੂੰ ਖੋਦ ਖੋਦ ਕੇ ਉਹਨੇ ਅੰਦਰ ਜਗ੍ਹਾ ਬਣਾਈ ਹੋਈ ਹੈ ਬੈਠਣ ਵਾਸਤੇ, ਜਿੰਨੀ ਕੁ ਜ਼ਰੂਰਤ ਕਰ ਲਓ। ਹਾਂਜੀ, ਰਾਤ ਦਿਲ ਸਤਾ ਕੋ ਭਜੈ ਅਦ ਚੁਬਡਾਏ ਸਨੇ। ਉਹ ਬੱਚੀ ਨੂੰ ਨਾਲ ਲੈ ਗਿਆ ਤੇ ਉਹਦੇ ਨਾਲ ਹੁਣ ਉਹਦਾ ਪ੍ਰੇਮ ਪੈ ਜਾਂਦਾ। ਉਹ ਗਈ ਤੇ ਸੀ ਉੱਥੇ ਧਰਮ ਪੜ੍ਹਨ ਵਾਸਤੇ, ਉੱਥੇ ਧਰਮ ਦੀ ਗੱਲ ਉਹਨੂੰ ਸੁਣਨ ਨੂੰ ਮਿਲਦੀ ਕੋਈ ਨਹੀਂ ਹੈ। ਮਾਰ ਕਿਵਰਿਆ ਬਿਰਸ਼ ਕੀ ਆਪ ਨਗਰ ਮੈਂ ਆਏ। ਉਹਨੂੰ ਤੇ ਛੱਡ ਜਾਂਦਾ ਹੈ, ਕੁਆਰੀ ਬੰਦ ਕਰਕੇ ਆਪ ਨਗਰ ਦੇ ਵਿੱਚ ਆ ਜਾਂਦਾ ਹੈ, ਮੰਗਦਾ ਹੈ, ਰੋਟੀ ਪਾਣੀ ਆਪਣੇ ਇਕੱਠਾ ਕਰਦਾ ਹੈ, ਥੋੜ੍ਹਾ ਆਪਣੇ ਵਾਸਤੇ ਨੂੰ ਜ਼ਿੰਮੇਦਾਰੀ ਵੱਧ ਗਈ ਹੈ, ਥੋੜ੍ਹਾ ਉਸ ਕੰਨਿਆਂ ਵਾਸਤੇ ਵੀ ਲੈ ਜਾਂਦਾ ਨਾਲ। ਮਾਂਗ ਭਿਕਸ਼ਾ ਨਿਸ ਕੇ ਸਮਾਂ ਰਹਿਤ ਤੁਸੀਂ ਗ੍ਰਮ ਜਾਏ। ਭਿਖਿਆ ਮੰਗਦਾ, ਸਮਾਨ ਇਕੱਠਾ ਕਰਦਾ ਹੈ ਖਾਣ ਪੀਣ ਦਾ, ਫਿਰ ਉਸ ਜੰਗਲ ਦੇ ਵਿੱਚ ਫਿਰ ਵਾਪਸ ਚਲਾ ਜਾਂਦਾ, ਉਸ ਦਰਖਤ ਦੇ ਵਿੱਚ ਜਾ ਕੇ ਆਪਣਾ ਫਿਰ ਵਾਸ ਕਰ ਲੈਂਦਾ। ਜਾਏ ਤਾਂ ਆਪਨ ਕਰੈ ਹਾਥਨ ਕੋ ਤਤਕਾਰ। ਉਹਨਾਂ ਨਿਸ਼ਾਨੀ ਕੀ ਰੱਖੀ ਹੋਈ ਹੈ ਵੀ ਤਾਂ ਕਿ ਕਿਸੇ ਹੋਰ ਨੂੰ ਪਤਾ ਨਾ ਚੱਲੇ
ਉਹ ਜਾ ਕੇ ਤੇ ਤਾੜੀ ਮਾਰਦਾ ਤੇ ਉਹ ਜੋ ਬੱਚੀ ਹੈ ਸ਼ਾਹੂਕਾਰ ਦੀ ਆਵਾਜ਼ ਸੁਣ ਕੇ ਤੇ ਉਹ ਛਲ ਨੂੰ ਚੱਕ ਦਿੰਦੀ ਹੈ। ਸੁਣਤ ਸਬਦ ਤਾ ਕੀ ਤਰਨ ਸ਼ੋਰਤ ਕਰਨ ਕਿਵਾਰ, ਉਹ ਆਵਾਜ਼ ਸੁਣ ਕੇ ਤੇ ਉਹ ਦਰਵਾਜ਼ਾ ਜਿਹੜੀ ਕਿਵਾਰੀ ਆ ਉਹਨੂੰ ਖੋਲ ਦਿੰਦੀ ਆ। ਚਾਹ ਪਈ ਐਸੀ ਭਾਂਤ ਨਿਤ ਜੜ ਕਰ, ਇਸ ਪ੍ਰਕਾਰ ਹਰ ਰੋਜ਼ ਹੀ ਹੁੰਦਾ ਰਿਹਾ। ਰੋਜ਼ ਦੀ ਰੁਟੀਨ ਬਣ ਗਈ ਹੈ ਕਿ ਸਵੇਰੇ ਉਹ ਜੰਗਲ ਚੋਂ ਨਿਕਲਦਾ ਹੈ, ਸ਼ਹਿਰ ਦੇ ਵਿੱਚ ਮੰਗਦਾ ਹੈ, ਮੰਗ ਕੇ ਵਾਪਸ ਫਿਰ ਸ਼ਾਮ ਨੂੰ ਆਉਂਦਾ ਹੈ, ਤਾੜੀ ਮਾਰਦਾ ਹੈ। ਉਹ ਬੱਚੀ ਸ਼ਾਹੂਕਾਰ ਦੀ ਦਰਵਾਜ਼ਾ ਛੱਲ ਤਾਂ ਚੱਕਦੀ ਹੈ ਅਤੇ ਉਹ ਉਹਦੇ ਅੰਦਰ ਚਲਾ ਜਾਂਦਾ ਹੈ। ਅਤੇ ਇਸੇ ਪ੍ਰਕਾਰ ਪ੍ਰਕਿਰਿਆ ਹਰ ਰੋਜ਼ ਚੱਲ ਰਹੀ ਹੈ। ਮਦਰ ਮਦਰ ਧੁਨ ਬੇਲ ਉੱਚਰ, ਉਹਨੂੰ ਮਿੱਠੇ ਬਚਨ ਸੁਣਾਉਂਦਾ ਹੈ, ਬੰਸੀ ਵਜਾ ਵਜਾ ਕੇ, ਧੁਨਾ ਵਜਾ ਵਜਾ ਕੇ ਉਹਨੂੰ ਲੁਭਾਉਣ ਦੀ ਕੋਸ਼ਿਸ਼ ਕਰਦਾ ਹੈ, ਰਾਗ ਸੁਣਾਉਂਦਾ ਹੈ, ਬੰਸੀ ਦੀਆਂ ਧੁਨਾ ਸੁਣਾਉਂਦਾ ਹੈ। ਰਾਜ ਕਲਾ ਬੇਨਤੀ ਸਭ ਗਾਵੇ, ਪਰ ਉਹਦੀਆਂ ਗੱਲਾਂ ਦੇ ਵਿੱਚ ਰਾਜ ਕਲਾ ਹੈ, ਉਹਦੀ ਗੱਲਾਂ ਦੇ ਵਿੱਚ ਸੰਸਾਰੀ ਕਲਾ ਹੈ, ਉਹਦੇ ਬਚਨਾਂ ਦੇ ਵਿੱਚ ਸੰਸਾਰੀ ਗੱਲਾਂ ਹੈ। ਜੋ ਉਹ ਲੈਣ ਗਈ ਸੀ ਅਧਿਆਤਮ, ਉਹਦੀ ਗੱਲ ਦੀ ਉਹਨੇ ਅਜੇ ਤੱਕ ਕੀਤੀ ਕੋਈ ਨਹੀਂ, ਸੰਸਾਰੀ ਗੱਲਾਂ ਕਰਦਾ, ਕਿਉਂਕਿ ਉਸ ਬੱਚੀ ਦਾ ਮਨੋਰਥ ਕੁਛ ਹੋਰ ਸੀ, ਪਰ ਉਸ ਜੋਗੀ ਦਾ ਮਨੋਰਥ ਹੋ ਰਿਹਾ। ਜਿਵੇਂ ਪਿੱਛੇ ਖਬਰਾਂ ਵੀ ਆਈਆਂ ਸੀ ਸਟੋਰ ਦੇ ਜੇਲ੍ਹ ਦੇ ਵਿੱਚ, ਜਿਹਨੇ ਬੱਚੀ ਸੇਵਾ ਕਰਨ ਗਈਆਂ ਵਾਪਸ ਨਹੀਂ ਆਈਆਂ, ਜਿਨ੍ਹਾਂ ਦੇ ਵਿੱਚ ਕਈ ਬੜੇ ਬੜੇ ਵੱਡੇ ਪੁਲਿਸ ਅਫਸਰਾਂ ਦੀਆਂ ਬੱਚੀਆਂ ਸੀ, ਜਿਹੜੇ ਤਰਲੇ ਮਾਰ ਰਹੇ ਸੀ ਬਾਹਰ ਪ੍ਰੈਸ ਦੇ ਵਿੱਚ, ਅਖਬਾਰਾਂ ਦੇ ਵਿੱਚ ਵੀ, ਸੇਵਾ ਕਰਨ ਭੇਜੀ ਸੀ, ਉਹ ਵਾਪਸ ਨਹੀਂ ਆਉਣ ਦੇ ਰਿਹਾ ਸਾਧ ਨੂੰ, ਬੜੀਆਂ ਫਸਲਾਂ। ਇਸੇ ਪ੍ਰਕਾਰ ਬੜੇ ਜਣ ਰਾਮ ਰਹੀਮ ਬਾਰੇ ਆ ਰਹੇ ਨੇ, ਜਿਹਨੂੰ ਆਪਣਾ ਮੁੰਡਾ ਬਣਾਇਆ ਸੀ, ਹੱਥੀਂ ਵਿਆਹ ਕੀਤਾ, ਉਹਨੇ ਆਪਣੀ ਪਤਨੀ ਸੇਵਾ ਵਾਸਤੇ ਭੇਜੀ, ਉਹ 2 ਸਾਲ ਅੱਗੇ ਵਾਪਸ ਨਹੀਂ, ਉਹ ਅਖਬਾਰਾਂ 'ਚ ਪਤਾ ਫਿਰਦਾ ਹੈ। ਇੱਥੇ ਵੀ ਉਹ ਹਾਲ ਬੱਚੀ ਆਈ ਤੇ ਸੀ, ਉਹਨੂੰ ਧਰਮੀ ਸਮਝ ਕੇ ਹੁਣ ਕਦੀ ਬੰਸੀਆਂ ਵਜਾ ਕੇ ਸੁਣਾਉਂਦਾ, ਕਦੀ ਰਾਜਕਲਾ ਰਾਜਕਲਾ ਸੰਸਾਰੀ ਗੱਲਾਂ, ਸੰਸਾਰ ਦੀਆਂ ਗੱਲਾਂ ਦੇ ਵਿੱਚ ਉਲਝਾਉਂਦਾ ਹੈ, ਪਰ ਜੋ ਉਹਨੂੰ ਚਾਹੀਦਾ ਹੈ ਉਹ ਗੱਲ ਨਹੀਂ ਕਰ ਰਿਹਾ। ਸਹਿਜ ਕਲਾ ਬੇਨਤੀ ਨਾ ਸੁਣਾਵੇ, ਸਹਿਜ ਕਲਾ ਗਿਆਨ ਦੀ ਗੱਲ, ਮਤ ਦੀ ਗੱਲ, ਟਿਕਾ ਦੀ ਗੱਲ, ਆਨੰਦ ਦੀ ਗੱਲ, ਨਾਮ ਦੀ ਗੱਲ, ਸ਼ਬਦ ਦੀ ਗੱਲ ਉਹਨੂੰ ਕੋਈ ਨਹੀਂ ਦੱਸ ਰਿਹਾ। ਉਹ ਸੁਣਨ ਤੇ ਉਹ ਇਹ ਆਇਆ ਸੀ ਸੁਣ ਕੇ ਕਿ ਇਹ ਸਾਧੂ ਧਰਮੀ ਪੁਰਖ ਹੈ, ਮੈਨੂੰ ਕੋਈ ਗਿਆਨ ਦੀ ਗੱਲ ਦੱਸੇਗੀ, ਮੈਨੂੰ ਕੋਈ ਮੁਕਤੀ ਦਾ ਮਾਰਗ ਦੱਸੇਗਾ। ਪਰ ਉਹ ਉੱਥੇ ਆ ਤੇ ਗਈ ਹੈ, ਪਰ ਹੁਣ ਜੋ ਉਹ ਕਰ ਰਿਹਾ ਹੈ ਸਿਰਫ ਸੰਸਾਰੀ ਗੱਲਾਂ ਕਰ ਰਿਹਾ, ਤਾਂ ਕਿ ਉਹਨੂੰ ਉਹਦਾ ਮੋਹ ਘਰੋਂ ਭੰਗ ਕਰਕੇ ਉਹਨੂੰ ਪੱਕਾ ਆਪਣੇ ਕੋਲ ਰੱਖ ਸਕੇ, ਕਿ ਮਨ ਚ ਭੈ ਹੈ ਕਿ ਜੇ ਇਹ ਮੇਰੇ ਵਾਸਨਾ ਆਈ ਤੇ ਕਦੀ ਵੀ ਭੱਜ ਕੇ ਜਾ ਸਕਦੀ ਹੈ, ਕਿਉਂਕਿ ਉੱਥੇ ਕਿਹੜੇ ਤਾਲੇ ਮਾਰੇ ਹੋਏ ਨੇ। ਜੇ ਨਗਰ ਪਹੁੰਚ ਗਈ, ਮੇਰੀ ਸ਼ਿਕਾਇਤ ਲੱਗੀ ਤੇ ਮੇਰੀ ਮੌਤ ਵੀ ਹੋ ਸਕਦੀ ਹੈ, ਸਜ਼ਾ ਵੀ ਮਿਲ ਸਕਦੀ ਹੈ। ਉਹਨੂੰ ਆਪਣੇ ਹੱਥ ਵਿੱਚ ਰੱਖਣ ਵਾਸਤੇ, ਉਹਨੂੰ ਆਪਣੇ ਹੱਕ ਦੇ ਵਿੱਚ ਰੱਖਣ ਵਾਸਤੇ ਉਹਨੂੰ ਗੱਲਾਂ ਸੁਣਾਉਂਦਾ ਹੈ। ਦੋਹਰਾ ਇਹੀ ਨਗਰ ਮੈਂ ਅੱਧ ਚਤੁਰ, ਉਦੋਂ ਪੁੱਤਰ ਇੱਕ ਭੂਪ, ਉਸ ਨਗਰ ਦੇ ਭੂਪ ਰਾਜੇ ਦਾ ਪੁੱਤਰ ਬਹੁਤ ਚਤੁਰ ਹੈ, ਬਹੁਤ ਸਿਆਣਾ ਹੈ, ਬਹੁਤ ਸੂਝਵਾਨ ਹੈ। ਹੁਣ ਉਹ ਲੱਭਣ ਤੁਰਿਆ, ਜਦ ਸਿਪਾਹੀਆਂ ਨੂੰ ਪਤਾ ਨਹੀਂ ਲੱਗਾ, ਨਗਰ ਵਾਸੀਆਂ ਨੂੰ ਪਤਾ ਨਹੀਂ ਲੱਗਾ ਵੀ ਇਹ ਬੱਚੀ ਗਈ ਤੇ ਆਖਿਰ ਗਈ ਕਿੱਥੇ। ਬਲ ਗੁਮ ਵਿਕਰਮ ਇੰਦਰ ਸਮ ਸੁੰਦਰ ਕਾਮ ਸਰੂਪ, ਉਹ ਇੰਦਰ ਦੀ ਤਰ੍ਹਾਂ, ਦੇਵਤਿਆਂ ਦੀ ਤਰ੍ਹਾਂ ਬਹੁਤ ਸੁੰਦਰ ਲੁਭਾਵੇਂ ਸਰੂਪ ਵਾਲਾ ਰਾਜਕੁਮਾਰ ਹੈ, ਉਹ ਉਤਨਾ ਹੀ ਬੁੱਧਸ਼ੀਲ, ਉਤਨਾ ਹੀ ਬੁੱਧ ਬਲ ਵਾਲਾ ਵੀ ਹੈ। ਸੁਰੀ ਆਸੁਰੀ ਕਿੰਨਰਨੀ ਗੰਧਰਵੀ ਕਿਨ ਮਾਹੇ, ਜਿੰਨੀਆਂ ਵੀ ਸੁਰੀਆਂ ਨੇ, ਦੇਵਤਿਆਂ ਦੀਆਂ ਪਸਰਾਂ ਨੇ, ਅਸੁਰੀਆਂ ਨੇ, ਰਾਕਸ਼ਾਂ ਦੀਆਂ ਪਸਰਾਵਾਂ ਨੇ, ਗਾਉਣ ਵਾਲੀਆਂ, ਨੱਚਣ ਵਾਲੀਆਂ, ਮਤਲਬ ਹਰ ਪ੍ਰਕਾਰ ਦੀ ਕਿਸੇ ਵੀ ਤਬਕੇ ਦੀ ਔਰਤ ਉਹਦੇ 'ਚ ਦੇਖ ਕੇ ਇੱਕਦਮ ਮੋਹਿਤ ਹੋ ਜਾਂਦੀ, ਇਤਨਾ ਮੁਹਾਵਨਾ ਰੂਪ ਹੈ, ਇਤਨਾ ਸੁਹਾਵਨਾ ਰੂਪ ਹੈ। ਹਿੰਦਨੀ ਤੁਰਕਾਨੀ ਸਭ ਹੇਰ ਰੂਪ ਬਲ ਜਾਹੇ, ਹਿੰਦੁਸਤਾਨ ਦੀਆਂ ਤੁਰਕਾਂ ਦੀਆਂ ਜਿਹੜੀ ਇੱਕ ਅੱਖ ਨਾਲ ਦੇਖਦੀ ਹੈ ਉਹ ਮੋਹਿਤ ਹੋ ਜਾਂਦੀ ਹੈ, ਇਤਨਾ ਸੁੰਦਰ ਰੂਪ ਹੁੰਦਾ। ਜਾਉ ਬਈ ਨਿਰਪ ਸੁੱਧ ਤਾ ਕੇ ਪਾਛੇ ਧਾਇਓ, ਰਾਜੇ ਦੇ ਬੇਟੇ ਨੇ ਇਹ ਦੇਖਿਆ ਕਿ ਨਗਰ ਦੇ ਵਿੱਚ ਇਕੱਲੀ ਤੇ ਜਾ ਨਹੀਂ ਸਕਦੀ, ਕੌਣ ਆਉਂਦਾ ਹੈ ਜੋ ਨਗਰ ਦਾ ਨਹੀਂ ਹੈ, ਕੌਣ ਆਉਂਦਾ ਜੋ ਹਰ ਰੋਜ਼ ਹੈ। ਸੋ ਉਹਨੂੰ ਇਹ ਸਮਝ ਲੱਗਦੀ ਹੈ, ਸਿਪਾਹੀਆਂ ਤੋਂ ਪਤਾ ਲੱਗਦਾ ਕਿ ਇਸ ਨਗਰ ਦੇ ਵਿੱਚ ਬਾਹਰੋਂ ਇੱਕ ਜੋਗੀ ਆਉਂਦਾ ਹੈ, ਉਹ ਹਰ ਰੋਜ਼ ਆਉਂਦਾ ਹੈ, ਉਹ ਸ਼ਾਮ ਨੂੰ ਚਲਾ ਜਾਂਦਾ ਹੈ।
ਤਿੰਨ ਜੁਗਿਆ ਹੈ ਕਛ ਭੇਦ ਨ ਪਾਇਓ। ਰਾਜਕੁਮਾਰ ਸੁਣ ਕੇ ਕੀ ਕਰਦਾ ਹੈ, ਉਸ ਜੋਗੀ ਦੇ ਪਿੱਛੇ ਲੱਗ ਜਾਂਦਾ ਹੈ, ਉਹਨੂੰ ਕਿੰਨੇ ਦਿਨਾਂ ਤੱਕ ਉਹਨੂੰ ਫੋਲੋ ਕਰਦਾ ਕੀ ਕਰਦਾ ਕੀ ਹੈ ਨਗਰ ਦੇ ਵਿੱਚ। ਜਬ ਵਹਿ ਜਾਏ ਬਿਰਸ਼ ਮੈਂ ਬਰਿਓ, ਉਹ ਕਾਫੀ ਦਿਨਾਂ ਦੀ ਮਿਹਨਤ ਤੋਂ ਬਾਅਦ ਨੂੰ ਸਮਝ ਆਉਂਦੀ ਹੈ ਕਿ ਇਹ ਜੋਗੀ ਜਿਹੜਾ ਜੰਗਲ ਚੋਂ ਨਿਕਲ ਕੇ ਨਗਰ ਦੇ ਵਿੱਚ ਮੰਗਣ ਵਾਸਤੇ ਆਉਂਦਾ ਹੈ, ਆਪਣਾ ਖਾਣ ਪੀਣ ਦਾ ਸਮਾਨ ਲੈ ਕੇ ਜੰਗਲ ਦੇ ਵਿੱਚ ਆ ਜਾਂਦਾ। ਅੱਜ ਰਾਜੇ ਦਾ ਬੇਟਾ ਜਿਹੜਾ ਹੈ ਉਹ ਜੋਗੀ ਦੇ ਪਿੱਛੇ ਪਿੱਛੇ ਲੁਕਦਾ ਲੁਕਾਉਂਦਾ ਜੰਗਲ ਦੇ ਵਿੱਚ ਚਲਾ ਗਿਆ। ਤਦ ਛਿਤ ਪਤ ਸੁਤ ਬ੍ਰਹਮ ਪਰ ਚੜ੍ਹਿਓ, ਉਹਨੇ ਦੇਖਿਆ ਕਿ ਜੋਗੀ ਉਸ ਦਰਖਤ ਦੇ ਕੋਲ ਗਿਆ ਹੈ, ਉਹਨੇ ਉਸੇ ਪ੍ਰਕਾਰ ਤਾੜੀ ਮਾਰੀ ਹੈ, ਕਿਸੇ ਨੇ ਉਹ ਛੱਲ ਦਾ ਕੱਪੜਾ ਚੱਕਿਆ ਹੈ, ਜੋਗੀ ਅੰਦਰ ਚਲਾ ਗਿਆ। ਹੁਣ ਉੱਥੇ ਰਾਜੇ ਦੇ ਬੇਟੇ ਨੇ ਕੀ ਕੀਤਾ ਕਿ ਉਸੇ ਦਰਖਤ ਦੇ ਉੱਪਰ ਚੜ ਕੇ ਬਹਿ ਗਿਆ। ਭਇਓ ਪਰਾਤ ਜੋਗੀ ਪੁਰ ਆਇਓ, ਸਵੇਰੇ ਫਿਰ ਉਸੇ ਤਰ੍ਹਾਂ ਹੀ ਪ੍ਰਕਿਰਿਆ ਚੱਲੀ। ਜੋਗੀ ਨੇ ਮੰਗਣ ਵਾਸਤੇ ਨਗਰ ਜਾਣ ਵਾਸਤੇ ਜੋਗੀ ਨਿਕਲਿਆ ਬਾਹਰ। ਪੁੱਤਰ ਧੂਪ ਸੁੱਤ ਤਾਲ ਬਜਾਇਓ, ਕਿਉਂਕਿ ਉਹਨੇ ਦੇਖ ਲਿਆ ਸੀਗਾ ਵੀ ਜੋਗੀ ਕੀ ਕਰਦਾ। ਹੁਣ ਕਨਫਰਮ ਨਹੀਂ ਹੈ ਕਿ ਇਹਦੇ ਅੰਦਰ ਕੀ ਹੈ, ਪਤਾ ਨਹੀਂ ਵੀ ਉਹ ਜਿਹੜੀ ਸ਼ਾਹੂਕਾਰ ਦੀ ਬੇਟੀ ਇੱਥੇ ਹੀ ਹੈ ਕਿ ਨਹੀਂ ਹੈ। ਉਹ ਵੀ ਥੱਲੇ ਉੱਤਰ ਕੇ ਤਾੜੀ ਮਾਰਦਾ। ਸ਼ੋਰ ਕਿਵਾਰ ਕੁਆਰ ਤਿੰਨ ਦਿਨੋ, ਉਹ ਤਾੜੀ ਦੀ ਜਦ ਆਵਾਜ਼ ਸੁਣਦੀ ਹੈ ਤੇ ਬੱਚੀ ਜਿਹੜੀ ਹੈ ਦਰਵਾਜ਼ਾ ਖੋਲ ਦਿੰਦੀ ਹੈ। ਤਾਂ ਸੋ ਕੁਆਰ ਭੋਗ ਦੜ ਕੀਨੋ, ਤਾਂ ਸੋ ਕੁਆਰ ਭੋਗ ਦੜ ਕੀਨੋ, ਇੱਥੇ ਟੀਕੇਕਾਰਾਂ ਨੇ ਬੜਾ ਵੱਡਾ ਧੋਖਾ ਕੀਤਾ। ਇਸ ਪੰਕਤੀ ਦੇ ਅਰਥ ਇਸ ਪ੍ਰਕਾਰ ਕੀਤੇ ਨੇ ਕਿ ਪੜਨ ਵਾਲਾ ਭੁਲੇਖੇ ਚ ਪੈ ਜਾਏਗਾ ਕਿ ਇਹ ਕੀ ਕੀਤਾ। ਜਦ ਪੁਰਾਤਨ ਅਜੇ ਵੀ ਸੰਪਰਦਾਵਾਂ ਦੇ ਵਿੱਚ ਜਦ ਅਰਦਾਸ ਕਰਦੇ ਹਾਂ ਤੇ ਕੜਾ ਪ੍ਰਸ਼ਾਦ ਦਾ ਭੋਗ ਲਵਾਉਂਦੇ ਨੇ, ਲੰਗਰ ਦਾ ਭੋਗ ਲਵਾਉਂਦੇ, ਭੋਜਨ ਨੂੰ ਭੋਗ ਕਹਿੰਦੇ ਨੇ। ਹੁਣ ਕਿਉਂਕਿ ਸਾਡੀ ਭਾਸ਼ਾ ਬਦਲ ਗਈ, ਅਸੀਂ ਪ੍ਰਵਾਨਿਤ ਕਹਿਣ ਲੱਗ ਪਏ ਕਿ ਇਹ ਪ੍ਰਵਾਨ ਹੋਵੇ ਉਹ ਪ੍ਰਵਾਨ ਹੋਵੇ, ਇਹ ਲਫ਼ਜ਼ ਸਾਡੀ ਭਾਸ਼ਾ ਜੋ ਇੱਧਰ ਉੱਧਰ ਹੋਣ ਕਰਕੇ ਇੱਥੇ ਭੁਲੇਖਾ ਪਿਆ। ਇੱਕ ਤੇ ਭੁਲੇਖਾ ਪੈ ਜਾਂਦਾ ਤੇ ਮੰਨ ਜਾਂਦੇ ਵੀ ਠੀਕ ਹੈ, ਕਿਤੇ ਅੱਖਰ ਦਾ ਭੁਲੇਖਾ ਪੈ ਗਿਆ ਟੀਕੇਕਾਰ ਕੋਲੋਂ, ਪਰ ਜਦ ਰਤਨ ਸਿੰਘ ਜੱਗੀ ਦਾ ਟੀਕਾ ਪੜ੍ਹਦੇ ਹਾਂ ਤੇ ਉਹਨੇ ਸ਼ਰੇਆਮ ਇੱਥੇ ਧੋਖਾ ਕੀਤਾ, ਸ਼ਰੇਆਮ ਬਦਮਾਸ਼ੀ ਕੀਤੀ ਹੈ। ਇਹ ਅਰਥ ਇਤਨੇ ਲਗਾ ਰਹੇ ਨੇ ਉਹਨੇ ਇੱਥੇ ਆ ਕੇ, ਜਿਹਨੂੰ ਪੜ੍ਹ ਕੇ ਭੁਲੇਖੇ ਦੇ ਵਿੱਚ ਵਿਰੋਧੀ ਤੇ ਰੋਲਾ ਪਾਉਂਦੀ ਜੀ ਇਹਦੇ ਵਿੱਚ ਦੇਖੋ ਕੀ ਕੁਛ ਲਿਖਿਆ ਹੋਇਆ। ਜਦ ਰਾਜਾ ਦਾ ਬੇਟਾ ਉਹਨੂੰ ਸਾਰਾ ਦਿਨ ਉਹਦਾ ਪਿੱਛਾ ਕਰਦਾ ਹੈ, ਰਾਜਕੁਮਾਰ ਮਹਿਲਾਂ ਦੇ ਅੰਦਰ ਉਹਨੂੰ ਵਕਤ ਦੇ ਉੱਤੇ ਖਾਣਾ, ਵਕਤ ਦੇ ਉੱਤੇ ਪੀਣਾ, ਡਿਊਟੀਆਂ ਲੱਗੀਆਂ ਨੇ ਸਿਪਾਹੀਆਂ ਦੀਆਂ, ਡਿਊਟੀਆਂ ਲੱਗੀਆਂ ਨੇ ਲੰਗਰ ਵਾਲਿਆਂ ਦੀਆਂ ਕਿ ਕਿਸ ਵਕਤ ਨੇ ਖਾਣਾ। ਹਰ ਚੀਜ਼ ਵਕਤ ਦੇ ਨਾਲ ਹੁੰਦੀ ਹੈ, ਹਰ ਚੀਜ਼ ਟਾਈਮ ਦੇ ਨਾਲ ਰੋਟੀ ਮਿਲਦੀ ਹੈ। ਹੁਣ ਉਹ ਸਾਰਾ ਦਿਨ ਉਸ ਜੋਗੀ ਦਾ ਪਿੱਛਾ ਕੀਤਾ, ਜੰਗਲ ਦੇ ਵਿੱਚ ਗਿਆ, ਰਾਤ ਸਾਰੀ ਉਹਨੇ ਪੇੜ ਤੇ ਕੱਟੀ ਹੈ, ਥੱਲੇ ਉਤਰਿਆ। ਹੁਣ ਕੀ ਕਰੇਗਾ? ਸਭ ਤੋਂ ਪਹਿਲਾਂ ਭੋਗ ਦ੍ਰਿੜ ਕੀਨੋ ਦਾ ਮਤਲਬ ਇਹ ਹੈ ਕਿ ਉਹਨੇ ਭੋਜਨ ਛਕਿਆ, ਇਸ ਪੰਕਤੀ ਨੂੰ ਅੱਗੇ ਦੋਹਰਾ ਖੋਲੇਗਾ। ਪਰ ਟੀਕੇਕਾਰ ਨੇ ਦੋਹਰਾ ਪੜਨ ਦਾ ਇੰਤਜ਼ਾਰ ਨਹੀਂ ਕੀਤਾ, ਉਹਨੇ ਉੱਤੇ ਇਹਦੇ ਅਰਥ ਕਰਤੇ ਵੀ ਰਾਜ ਨੇ ਕੰਨਿਆਂ ਦੇ ਨਾਲ ਭੋਗ ਕੀਤਾ। ਨਹੀਂ, ਦੋਹਰਾ ਪੜਾਂਗੇ ਤੇ ਅਰਥ ਸ਼ੁੱਧ ਹੋਣਗੇ ਕਿ ਉਹਨੇ ਕੀ ਕੀਤਾ, ਭੋਗ ਦ੍ਰਿੜ ਕੀਨੋ, ਉਹਨੇ ਭੋਜਨ ਛਕਿਆ। ਸਭ ਤੋਂ ਪਹਿਲਾਂ ਕੀ ਛਕਿਆ ਜੀ? ਦੋਹਰਾ ਲੇਹਜ ਪੇਹਜ ਭਾਸ਼ ਸੁਭ ਭੋਜਨ ਭਲੋ ਖਵਾਏ। ਇਹਦੇ ਵੀ ਜਿਹੜੇ ਟੀਕੇਕਾਰ ਨੇ ਕੀਤੇ ਨੇ, ਉਹਨੇ ਤਰ੍ਹਾਂ ਤਰ੍ਹਾਂ ਦੇ ਭੋਜਨ ਖਵਾਏ, ਉਹ ਵੀ ਜਿਹੜਾ ਮੰਗ ਕੇ ਲੈ ਕੇ ਆਉਂਦਾ, ਤਰ੍ਹਾਂ ਤਰ੍ਹਾਂ ਦੇ ਭੋਜਨ ਕੀ ਖਵਾਏ ਜਾਣ, ਜੋ ਚਟਨੀ ਸੀ, ਜੋ ਦੁੱਧ ਸੀ, ਜੋ ਬਚਿਆ ਖੁਚਿਆ ਸੀ ਰਾਜੇ ਦੀ, ਰਾਜੇ ਦੇ ਬੇਟੇ ਨੂੰ ਉਸ ਕੰਨਿਆ ਨੇ, ਕਿਉਂਕਿ ਪਛਾਣਦੀ ਹੈ ਚਲੋ ਘਰ ਦੀ ਬੇਟੀ ਹੈ, ਰਾਜੇ ਦਾ ਬੇਟਾ ਹੈ, ਜੋ ਥੋੜ੍ਹਾ ਬਹੁਤਾ ਬੱਚਿਆਂ ਨੂੰ ਖਵਾਉਂਦੀ ਹੈ। ਇਸ ਜਗ੍ਹਾ ਦੇ ਉੱਤੇ ਆ ਕੇ ਸਾਨੂੰ ਸਮਝ ਇਹ ਆਉਂਦਾ ਹੈ ਕਿ ਲੀਡਰ ਦੇ, ਆਗੂ ਦੇ, ਰਾਜੇ ਦੇ ਗੁਣ ਕੀ ਹੋਣੇ ਚਾਹੀਦੇ ਨੇ। ਜਦ ਅੱਜ ਭੁਲੇਖੇ ਦੇ ਵਿੱਚ, ਭਰਮ ਦੇ ਵਿੱਚ ਕੁਛ ਲੋਕ ਅਗਰ ਇਹਨਾਂ ਭੇਖੀਆਂ ਕੋਲ ਫਸ ਗਏ ਨੇ ਤੇ ਸੁਖਬੀਰ ਬਲ ਦਾ ਕੀ ਇੱਥੇ ਰੋਲ ਚਾਹੀਦਾ? ਜੇ SSP ਦੀ ਪੁਕਾਰ ਮੁੱਖ ਮੰਤਰੀ, ਉਹ ਮੁੱਖ ਮੰਤਰੀ ਨਹੀਂ ਸੁਣ ਰਿਹਾ ਤੇ ਉਹ ਫਿਰ ਤੋਂ ਪੁਕਾਰ ਕਰੇਗਾ? ਜਦੋਂ
ਇਸ ਵਿੱਚ ਰਾਜ ਦਾ ਕਰਤੱਵ ਕੀ ਹੈ, ਉਹ ਕਿਸ ਤਰ੍ਹਾਂ ਬੱਚੇ ਜੇ ਚਾਹੁੰਦਾ ਤੇ ਫੌਜ ਲੈ ਕੇ ਜਾਂਦਾ, ਟੱਟ ਵੜ ਕਰਦਾ ਜਾਂ ਇਕੱਲਾ ਹੀ ਜਾਂਦਾ, ਦੋ ਡੰਡੇ ਮਾਰਦਾ, ਸਾਧੂ ਨੇ ਭਾਜਣਾ ਸੀ, ਉਹਨੇ ਕਿਹਾ ਲੜਨਾ ਸੀ, ਬੱਚੇ ਨੂੰ ਖੋਹ ਕੇ ਲਿਆਉਂਦਾ, ਚੁੱਕ ਕੇ ਲਿਆਉਂਦਾ, ਬੜੇ ਤਰੀਕੇ ਨੇ, ਪਰ ਉਹਨੇ ਇਹ ਤਰੀਕਾ ਕਿਉਂ ਵਰਤਿਆ ਅੱਗੇ ਜਾ ਕੇ ਸਮਝ ਆਇਆ। ਤਾਸੋ ਰਤ ਮਾਨਤ ਭਇਓ ਹਿਰਦੈ ਹਰਖ ਪਜਾਏ। ਉਹਦੇ ਨਾਲ ਬੈਠਾ ਗੱਲਾਂ ਬਾਤਾਂ ਕੀਤੀਆਂ ਨੇ, ਉਹਦਾ ਮਨ ਬੁੱਝਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਸਾਧੂ ਦੇ ਨਾਲ ਆ ਕਿਉਂ ਗਈ। ਤਾ ਤ੍ਰਿਆ ਕੋ ਜੋ ਚਿਤ ਹੁਤੋ ਨ੍ਰਿਪ ਸੁਤ ਲਿਓ ਚੁਰਾਏ। ਉਹਦੇ ਨਾਲ ਗੱਲਾਂ ਗੱਲਾਂ ਦੇ ਵਿੱਚ ਉਹਦਾ ਮਨ ਬਦਲਿਆ। ਜਦ ਕਿਤੇ ਅਸੀਂ ਕਿਤੇ ਭੁਲੇਖੇ ਨੂੰ ਪੈ ਜਾਂਦੇ ਹਾਂ ਤੇ ਕਿਉਂ ਅਸੀਂ ਗੁਰਮੁਖ ਸੱਜਣਾਂ ਨੂੰ ਸਵਾਲ ਕਰਦੇ ਹਾਂ, ਜਦ ਸਾਡੇ ਮਨਾਂ ਦੇ ਵਿੱਚ ਧਰਮ ਪ੍ਰਤੀ ਸ਼ੰਕੇ ਪੈਦਾ ਹੁੰਦੇ ਨੇ, ਅਸੀਂ ਵਿਦਵਾਨਾਂ ਦੇ ਕੋਲ, ਕਥਾ ਵਾਚਕਾਂ ਦੇ ਕੋਲ, ਵਿਚਾਰਵਾਨਾਂ ਦੇ ਕੋਲ ਕਿਉਂ ਜਾ ਕੇ ਬੈਠਦੇ ਤਾਂ ਕਿ ਉਹਨਾਂ ਦੇ ਬਚਨ ਸੁਣ ਕੇ, ਉਹਨਾਂ ਦੇ ਕੋਲੋਂ ਗੁਰੂ ਉਪਦੇਸ਼ ਸੁਣ ਕੇ ਹੌਲੀ ਹੌਲੀ ਮਨ ਬਦਲ ਜਾਵੇ। ਬੱਚਿਆਂ ਨੂੰ ਗੁਰੂ ਘਰ ਕਿਉਂ ਲੈ ਕੇ ਆਉਂਦੇ ਤਾਂ ਕਿ ਗੁਰਬਾਣੀ ਸੁਣ ਕੇ, ਕੀਰਤਨ ਸੁਣ ਕੇ, ਵਿਚਾਰਾਂ ਸੁਣ ਕੇ ਆਹਿਸਤਾ ਆਹਿਸਤਾ ਮਨ ਬਦਲ ਜਾਵੇ। ਇਹ ਉਹ ਗ੍ਰੰਥ ਨੇ ਜਿਨ੍ਹਾਂ ਨੂੰ ਪੜ੍ਹਨ ਵਾਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਨ੍ਹਾਂ ਨੇ ਇਸ ਗ੍ਰੰਥ ਦਾ ਉਤਾਰਾ ਕੀਤਾ। ਇਸ ਗ੍ਰੰਥ ਨੂੰ ਪੜ੍ਹਨ ਵਾਲੇ ਮਹਾਂਬਲੀ ਯੋਧੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਇਸ ਗ੍ਰੰਥ ਨੂੰ ਪੜ੍ਹਨ ਵਾਲੇ ਮਹਾਂਬਲੀ ਸੂਰਬੀਰ ਯੋਧੇ ਬਾਬਾ ਗੁਰਬਚਨ ਸਿੰਘ ਮਾਨਵ ਚੱਲ ਵਰਗੇ ਹੋਏ ਨੇ। ਗੁਰੂ ਪਿਆਰੇ ਉਹਨਾਂ ਵੇਲਿਆਂ ਦੇ ਵਿੱਚ ਤਲਕਸ਼ ਦੀਆਂ ਪੋਥੀਆਂ ਦੇ ਵਿੱਚ ਚਿੱਤਰੋ ਪੱਖਿਆਂ ਰੱਖੇ ਜਾਂਦੇ ਸਨ ਤਾਂ ਕਿ ਪੜ੍ਹ ਪੜ੍ਹ ਕੇ ਦ੍ਰਿੜ ਕਰ ਕਰਕੇ ਮਨ ਇਤਨਾ ਸ਼ੁੱਧ ਹੋ ਜਾਵੇ। ਕਿਤਨੀਆਂ ਜੰਗਾਂ ਖਾਲਸੇ ਨੇ ਕੀਤੀਆਂ ਨੇ, ਪਰ ਕਿਤੇ ਇਤਿਹਾਸ ਨਹੀਂ ਆਏਗਾ ਵੀ ਖਾਲਸੇ ਨੇ ਕਿਸੇ ਦੀ ਬਹੂ ਬੇਟੀ ਦੀ ਬੇਪਤੀ ਕੀਤੀ ਹੋਵੇ। ਹਾਂ, ਛੁਡਾ ਕੇ ਉਹਨਾਂ ਨੂੰ ਘਰਾਂ ਤੱਕ ਛੱਡ ਕੇ ਆਏ ਨੇ। ਕਿਰਦਾਰ ਵੀ ਐਸਾ ਹੈ ਕਿ ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ, ਜਦ ਬੇਪਤਾ ਪਈ ਹੈ ਤੇ ਸਿੰਘਾਂ ਦੇ ਕੋਲ ਆ ਕੇ ਬਚਨ ਕਰਦੇ ਨੇ, ਬੇਨਤੀ ਕਰਦੇ ਨੇ। ਉਹਨਾਂ ਨੂੰ ਪਤਾ ਇਸ ਦਲ ਤੋਂ ਖਾਲੀ ਨਹੀਂ ਜਾਵਾਂਗੇ। ਔਰ ਸਿੰਘਾਂ ਦੇ ਕਿਰਦਾਰ ਵੀ ਐਸੇ, ਬੁੜੀ ਕਹਿੰਦੇ ਸੀ, ਭਾਵੇਂ ਉਹ ਬੱਚੀ ਹੋਵੇ, ਜਵਾਨ ਹੋਵੇ, ਬਜ਼ੁਰਗ ਹੋਵੇ, ਹਰੇਕ ਨੂੰ ਬੁੜੀ ਕਹਿੰਦੇ। ਇਹਨਾਂ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ, ਕਿਉਂਕਿ ਜਦ ਸਾਡੀ ਪੜ੍ਹਨ ਦੀ ਦ੍ਰਿਸ਼ਟੀ ਬਦਲ ਜਾਂਦੀ ਹੈ ਨਾ, ਜਦ ਸਾਡੀ ਪੜ੍ਹਨ ਦੀ ਮੱਤ ਉਹ ਨਹੀਂ ਰਹਿੰਦੀ ਤੇ ਅਰਥਾਂ ਦੇ ਅਨਰਥ ਕਰਕੇ ਅਸੀਂ ਬਜਾਏ ਇਸ ਕਹਿਣ ਦੇ ਕਿ ਸਾਹਿਬਾ ਸਾਡੀ ਮੱਤ ਨਹੀਂ ਹੈ, ਤੇਰੇ ਇਸ ਵਿਸ਼ਾਲ ਗਿਆਨ ਤੱਕ ਪਹੁੰਚਣ ਦੀ ਕਿਰਪਾ ਕਰ, ਅਸੀਂ ਨਕਾਰਾਤਮਕ ਸੋਚ ਲੈ ਕੇ ਇਹ ਕਹਿ ਦਿੰਦੇ ਹਾਂ ਵੀ ਇਹ ਨਹੀਂ ਲਿਖਿਆ ਨਹੀਂ। ਤਾ ਦਿਲ ਤੇ ਤਿਹ ਜੋਗੀ ਹੈ ਚਿਤ ਤੇ ਦਿਓ ਭੁਲਾਏ। ਉਹਨੇ ਗੱਲਾਂ ਗੱਲਾਂ ਦੇ ਵਿੱਚ ਉਹਦੀ ਬੱਚੀ ਦਾ ਮਨ ਬਦਲਤਾ, ਜਿਹੜਾ ਮਨ ਕਦੀ ਜੋਗੀ ਵੱਲ ਝੁਕਿਆ ਸੀ, ਅੱਜ ਰਾਜੇ ਦੀਆਂ ਗੱਲਾਂ ਸੁਣ ਕੇ, ਉਸ ਰਾਜਕੁਮਾਰ ਦੀਆਂ ਗੱਲਾਂ ਸੁਣ ਕੇ ਉਹਦਾ ਮਨ ਉਧਰ ਝੁਕ ਗਿਆ ਹੈ। ਮਤਲਬ ਇਹ ਕਿ ਉਹ ਹੁਣ ਬੱਚੀ ਉਹਦੀ ਗੱਲ ਸੁਣਨ ਨੂੰ ਤਿਆਰ ਹੋ ਗਈ ਹੈ, ਜਿਹੜੀ ਪਹਿਲਾਂ ਉਹਨਾਂ ਬਹਿਸ ਦੀ ਸੀਗੀ, ਜਿਹੜੀ ਪਹਿਲਾਂ ਉਹਨੂੰ ਤਰਕ ਦਿੰਦੀ ਸੀਗੀ ਬਈ ਯੋਗ ਦੇ ਵਿੱਚ ਸਭ ਕੁਛ ਹੈ, ਇਸ ਭੋਗੀ ਸੰਸਾਰ ਦੇ ਵਿੱਚ ਸਿਰਫ ਨਰਕ ਹੈ, ਇਸ ਭੋਗੀ ਸੰਸਾਰ ਦੇ ਵਿੱਚ ਸਿਰਫ ਅੱਗ ਹੈ, ਜੋ ਬ੍ਰਹਮ ਹੈ, ਜੋ ਤੱਤ ਹੈ, ਜੋ ਪਰਮ ਸ਼ਾਂਤੀ ਹੈ, ਉਹ ਯੋਗ ਦੇ ਵਿੱਚ ਹੀ ਹੈ, ਜੰਗਲ ਦੇ ਵਿੱਚ ਹੀ ਹੈ। ਤਾਂ ਹੀ ਤਾਂ ਕਬੀਰ ਸਾਹਿਬ ਪੁੱਛਦੇ ਨੇ ਨਾ, ਤਾਂ ਹੀ ਤਾਂ ਨੌਵੇਂ ਪਾਤਸ਼ਾਹੀ ਪੁੱਛਦੇ ਨੇ, ਕਾਹੀ ਦੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਤੂੰ ਜੰਗਲ ਚ ਲੈਣ ਕੀ ਜਾਣਾ, ਜੰਗਲ ਚ ਕਰਨ ਕੀ ਜਾਣਾ। ਉਹ ਜਿਹੜਾ ਸਰਬ ਨਿਵਾਸੀ ਹੈ, ਨਿਵਾਸ ਤੇ ਹਰੇਕ ਵਿੱਚ ਕਰਦਾ ਹੈ, ਪਰ ਸਦਾ ਅਲੇਪਾ ਵੀ ਹੈ, ਅਲੇਪਤ ਰਹਿੰਦਾ। ਬਹੁਤ ਵੱਡੀ ਬੁਝਾਰਤ ਹੈ ਵੀ ਅਗਰ ਉਹ ਹਰੇਕ ਦੇ ਵਿੱਚ ਵਾਸ ਕਰਦਾ ਹੈ ਤੇ ਫਿਰ ਉਹ ਅਲਿਪਤ ਕਿਉਂ ਹੈ, ਅਨੀਲ ਕਿਉਂ ਹੈ, ਨੀਲ ਕਿਉਂ ਨਹੀਂ ਹੈ। ਤੇ ਜੇ ਉਹ ਅਲਿਪਤ ਹੈ ਤੇ ਫਿਰ ਵਾਸ ਕਿੱਥੇ ਕਰਦਾ ਹੈ। ਤੋਹੀ ਸੰਗ ਤੇਰੇ ਵਿੱਚ ਨਹੀਂ, ਤੇਰੇ ਨਾਲ ਸਮਾਇਆ ਹੋਇਆ, ਕਿੱਥੇ ਸਮਾਇਆ ਹੋਇਆ, ਇਹ ਗੱਲ ਬੁੱਝਣ ਵਾਲੀ ਹੈ। ਮਨ ਮਾਰਨ ਕਾਰਨ ਬਣ ਜਾਈਏ ਸੋ ਜਲ ਬਿਨ ਭਗਵੰਤ ਨਾ ਪਾਈਏ। ਮਨ ਮਾਰਨ ਵਾਸਤੇ ਜੰਗਲਾਂ ਚ ਤੁਰੇ ਫਿਰਦੇ ਹਾਂ, ਪਰ ਉਹ ਜਲ, ਉਹ ਗਿਆਨ, ਉਹ ਰਾਮ ਉਹਦੇ ਤੋਂ ਬਿਨ ਭਗਵੰਤ ਤੋਂ ਨਹੀਂ ਪੈਦਾ ਹੋ ਸਕਦਾ, ਨਹੀਂ ਪਾਇਆ ਜਾ ਸਕਦਾ, ਉਹ ਤੇ ਅੰਦਰ ਹੀ ਹੈ। ਤਾਂ ਹੀ ਦਸਮ ਪਾਤਸ਼ਾਹ ਖਾਲਸੇ ਨੂੰ ਸਮਝਾਉਂਦੇ ਨੇ
ਅਰੇ ਮਨ ਐਸੋ ਕਰ ਸੰਨਿਆਸਾ ਬੰਤੇ ਸਦਨ ਸਵੈ ਕਰ ਸਮਝੋ ਕਰ ਹੀ ਮਾਏ ਦੱਸ ਉਦਾਸ ਹੀ ਹੋਣਾ ਨਾ ਇਕਾਂਤ ਚਾਹੀਦਾ ਹੈ ਨਾ ਤੇ ਘਰ ਨੂੰ ਜੰਗਲ ਸਮਝ ਲਓ ਪਿੱਛੇ ਬਾਗ ਬਣੇ ਉੱਥੇ ਜਾ ਕੇ ਬੈਠ ਲਓ ਕੀ ਲੋੜ ਜੰਗਲ 'ਚ ਜਾਣ ਦੀ ਜੰਗਲ 'ਚ ਜਾਂਦੇ ਕਿਉਂ ਮਾਇਆ ਮਾਇਆ ਦਾ ਕੱਪੜੇ ਦਾ ਤਿਆਗ ਤਿਆਗ ਨਹੀਂ ਹੈ ਜੇ ਸੰਸਾਰੀ ਪਾਣਾ ਲਾਇਆ ਧਰਮ ਦਾ ਪਾ ਲਿਆ ਜੇ ਚਿੱਟਾ ਲਾਇਆ ਧਰਮਾਂ ਪਾ ਲਿਆ ਸਬਸਟੀਟਿਊਟ ਲੱਭ ਗਿਆ ਹੈ ਕਲਰ ਦਾ ਕੱਪੜੇ ਦੇ ਪਾਏ ਨੇ ਸੰਸਾਰੀ ਭੋਜਨ ਛੱਡਿਆ ਹੈ ਤੇ ਕੱਚੇ ਫਲ ਖਾਣ ਲੱਗ ਪਏ ਹੈ ਪੇਟ ਦੀ ਪੂਰਤੀ ਵਾਸਤੇ ਭੋਜਨ ਤੇ ਖਾਣੇ ਆ ਸਿਰਫ ਤਰੀਕਾ ਬਦਲ ਗਿਆ ਹੈ ਪੱਕੇ ਕੋਠੇ ਛੱਡੇ ਨੇ ਕੱਚੀਆਂ ਛੰਨਾਂ ਪਾ ਲਈਆਂ ਨੇ ਸਿਰ ਤੇ ਢੱਕਣ ਨੂੰ ਛੰਨ ਦੇ ਪਾਈ ਹੈ ਨਾ ਸਬਸਟੀਟਿਊਟ ਲੱਭ ਗਿਆ ਛੱਡਿਆ ਕੀ ਹੈ ਜਿਹਨੂੰ ਮਾਇਆ ਕਹਿ ਕੇ ਤਿਆਗਿਆ ਸਾਹਿਬ ਕਹਿੰਦੇ ਨੇ ਮਾਇਆ ਇਹੋ ਸਰੀਰ ਹੈ ਝੋਮੇ ਬਿਰਤੀ ਪਾਈ ਮਾਇਆ ਵੀ ਤੇਰਾ ਸਰੀਰ ਹੈ ਇਹ ਤੇ ਨਾਲ ਲੈ ਕੇ ਜੰਗਲ 'ਚ ਚਲਾ ਗਿਆ ਛੱਡਿਆ ਮਾਇਆ ਕਦੋਂ ਛੱਡੀ ਹੈ ਤੇ ਜਿਹਨੂੰ ਮਾਇਆ ਕਹਿੰਦੇ ਮਾਇਆ ਨਹੀਂ ਇਹਨੂੰ ਸਾਹਿਬ ਕਮਾਲ ਕਹਿੰਦੇ ਨੇ ਧਨ 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 ਕੋ ਆਖੀਏ ਜਾਗੋ ਜਗਤ ਗੁਲਾਮ ਸਭ ਨਿਰਖਤ ਜਾਗੋ ਕਰੈ ਸਭ ਉੱਠ ਕਰ ਤਸਲਾਮ ਇਹਨੂੰ ਇਹਨੂੰ ਜਿਹੜੇ ਹੱਥਾਂ ਨਹੀਂ ਮਿਲ ਕਹਿੰਦੇ ਨਾ ਕਿਆ ਕਰੋ ਦੇਸ਼ੋਂ ਪ੍ਰਦੇਸ਼ ਹੋਏ ਨੇ ਪਰਿਵਾਰ ਛੁੱਟ ਗਏ ਨੇ ਮਿਹਨਤਾਂ ਕਰਦੇ ਨੇ ਚਾਰ ਦਮੜੇ ਕਮਾਉਣ ਵਾਸਤੇ ਕਹਿੰਦੇ ਹੱਥ ਦੀ ਮਾਇਆ ਸਾਹਿਬ ਨਹੀਂ ਇਹ ਧਨ ਹੈ ਇਹ ਸੱਚਾ ਇਸ ਸੰਸਾਰ ਤੇ ਇਹਨਾਂ ਰੋਟੀ ਖਾਧੀ ਜਾਣੀ ਹੈ ਇਹਨਾਂ ਬੱਚੇ ਪਾਲੇ ਜਾਣੇ ਨੇ ਇਹਦੇ ਨਾਲ ਕਾਰਾਂ ਆਉਣੀਆਂ ਨੇ ਇਹਦੇ ਨਾਲ ਚੈਨਲ ਚੱਲਣੇ ਨੇ ਇਹਦੇ ਨਾਲ ਰੁਜ਼ਗਾਰ ਚੱਲਣੇ ਨੇ ਬੇਸ਼ੱਕ ਇਹ ਨਿਰਾਕਾਰੀ ਸੰਸਾਰ 'ਚ ਨਹੀਂ ਚੱਲਣਾ ਪਰ ਇੱਥੇ ਚੱਲਣਾ ਹੈ ਧਨ 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 ਕੋਈ ਨੂੰ ਧਨ ਕਿਹਾ ਕਰੋ ਜਾਗੋ ਜਗਤ ਗੁਲਾਮ ਸਾਰਾ ਜਗਤ ਇਹਦਾ ਗੁਲਾਮ ਹੈ ਸਭ ਨਿਰਖਤ ਜਾਗੋ ਫਿਰ ਹੈ ਸਾਰੇ ਇਹਨੂੰ ਲੱਭਦੇ ਕੋਈ ਇੰਗਲੈਂਡ ਪਹੁੰਚ ਗਿਆ ਕੋਈ ਅਮਰੀਕਾ ਕੋਈ ਆਸਟ੍ਰੇਲੀਆ ਘਰੋਂ ਬੇਘਰ ਹੋਈ ਫਿਰਦੇ ਹਾਂ ਸਭ ਉੱਠ ਕੱਪ ਸਲਾਮ ਚਾਰ ਦਮੜੇ ਜੇਲ ਚ ਨੇ ਤਾਂ ਸਰਦਾਰ ਸਾਹਿਬ ਹੈ ਚਾਰ ਬੰਦੇ ਮੂਹਰੇ ਹੋ ਕੇ ਫਤਿਹ ਬੁਲਾਉਂਦੇ ਨੇ ਨਹੀਂ ਤਾਂ ਕੋਈ ਗਰੀਬੜਾ ਹੋ ਜਾਏ ਅਗਲਾ ਰਹਿ ਖੜ ਜਾਂਦਾ ਵੀ ਇਹ ਮੈਨੂੰ ਆ ਕੇ ਫਤਿਹ ਬੁਲਾ ਦੇ ਮੈਂ ਕੀ ਬੁਲਾਵਾਂ ਮਾਇਆ ਦਾ ਪਤਾ ਜਿਹੜੇ ਕਹਿੰਦੇ ਮਾਇਆ ਤਿਆਗੋ ਉਹਨਾਂ ਮੂਹਰੇ ਮਾਇਆ ਚੋਂ ਕੋਈ ਗੋਲਕ ਚ ਪਾ ਲਿਆ ਕਰੋ ਫਿਰ ਦੇਖੋ ਕਥਾ ਕਿਵੇਂ ਹੁੰਦੀ ਹੈ ਧੰਨ ਜਿਹੜੀ ਬੱਚੀ ਉਹਨੂੰ ਇਹ ਦਲੀਲਾਂ ਦੇ ਰਹੀ ਹੈ ਵੀ ਜੰਗਲ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੈ ਜੰਗਲ ਦੇ ਵਿੱਚ ਰਹਿ ਕੇ ਹੀ ਨਿਰਾਕਾਰ ਦੀ ਪ੍ਰਾਪਤੀ ਹੈ ਉਸ ਰਾਜਕੁਮਾਰ ਦੀਆਂ ਦਲੀਲਾਂ ਦੇ ਨਾਲ ਹੌਲੀ ਹੌਲੀ ਉਹਦਾ ਮਨ ਬਦਲਿਆ ਜਿਹੜਾ ਚਿੱਤ ਉਹਦਾ ਸਾਧੂ ਨੇ ਚੁਰਾ ਲਿਆ ਸੀ ਮਤਲਬ ਜਿਹੜਾ ਆਪਣਾ ਤੇ ਪ੍ਰਭਾਵ ਸਾਧੂ ਨੇ ਪਾਤਾ ਸੀ ਉਹ ਪ੍ਰਭਾਵ ਖਤਮ ਕਰਕੇ ਰਾਜ ਨੇ ਆਪਣੀਆਂ ਗੱਲਾਂ ਦਾ ਪ੍ਰਭਾਵ ਉੱਤੇ ਪਾਉਣਾ ਸ਼ੁਰੂ ਕੀਤਾ ਹਾਂਜੀ ਭਲੋ ਹੇਰ ਕਰ ਬੁਰੋ ਨਾ ਕਦੋ ਨਿਹਾਰਿਆ ਜੇ ਕਿਸੇ ਦੇ ਕੋਲ ਕੋਈ ਚੰਗੀ ਚੀਜ਼ ਹੋਵੇ ਮਾੜੀ ਚੀਜ਼ ਵੱਲ ਦੇਖੇ ਹੀ ਕਿਉਂ ਹੁਣ ਇੱਕ ਬੰਦਾ ਫਰਾਰੀ ਚਲਾ ਰਿਹਾ ਹੈ ਰੋਲਸ ਰਾਇਸ ਚਲਾ ਰਿਹਾ ਹੈ ਉਹਨੂੰ ਕੀ ਲੋੜ ਫੋਟ ਵੱਲ ਦੇਖਣ ਦੀ ਉਹਨੇ ਕੀ ਲੈਣਾ ਮਰੂਤੀ ਤੋਂ ਜੀ ਚਤੁਰ ਪੁਰਖ ਕੋ ਪਾਏ ਨਾ ਮੂਰਖ ਚਿਤਾਰਿਆ ਜਿਹਦੇ ਕੋਲ ਸੁੰਦਰ ਸੁਗੜ ਸਿਆਣਾ ਪਤੀ ਹੋਵੇ ਤੇ ਉਹ ਕਿਸੇ ਪ੍ਰੂਪ ਮੂਰਖ ਵੱਲ ਵੇਖਿਓ ਤੁਹਾਡੀ ਮੂਰਖ ਹੋ ਸਕਦੀ ਹੈ ਜਿਹਦੇ ਕੋਲ ਸਿਆਣਾ ਪਤੀ ਹੈ ਜਿਹਦੇ ਕੋਲ ਮਿਹਨਤੀ ਪਤੀ ਹੈ ਜਿਹਦੇ ਕੋਲ ਧਨਵਾਨ ਪਤੀ ਹੈ ਉਹ ਕਿਉਂ ਕਿਸੇ ਮਾੜੇ ਵੱਲ ਵੇਖੇਗੀ ਜੀ ਧਨੀ ਚਤੁਰ ਅਰ ਤਰਨ ਤਰਨ ਜੋ ਪਾਏ ਹੈ ਉਹ ਕਹਿੰਦਾ ਹੈ ਜਵਾਨ ਪਤੀ ਹੋਵੇ ਜਵਾਨ ਪਤਨੀ ਹੋਵੇ ਤਾਂ ਜਾ ਕੇ ਰਿਸ਼ਤੇ ਨਿਭਦੇ ਨੇ ਤਾਂ ਜਾ ਕੇ ਸੰਯੋਗ ਬਰਾਬਰ ਅਸੀਂ ਉਮਰ ਪੁੱਛਦੇ ਹਾਂ ਡੇਟ ਆਫ ਬਰਥ ਕੀ ਹੈ ਵੀ ਸਾਲ ਦੋ ਸਾਲ ਦਾ ਫਰਕ ਚੱਲ ਜਾਂਦਾ ਪੰਦਰਾਂ ਵੀਹ ਸਾਲ ਦਾ ਫਰਕ ਨਹੀਂ ਚੱਲਦਾ ਕਦੀ ਵੀਹਾਂ ਸਾਲਾਂ ਦਾ ਫਰਕ ਨਹੀਂ ਚੱਲਦਾ ਕਦੀ ਧਰਮ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਨ ਦੀ ਪ੍ਰਕਿਰਿਆ ਦਾ ਜ਼ਿਕਰ ਕੀਤਾ ਗਿਆ ਹਾਂਜੀ ਹੋ ਬਿਰਧ ਕੁਰੂਪ ਨਿਧਨ ਜਗ ਪੈ ਕਿਉਂ ਜਾਏ ਹੈ ਪਤੀ ਕਿਸੇ ਕੋਲ ਸੁੰਦਰ ਹੋਵੇ ਯੰਗ ਹੋਵੇ ਪੈਸੇ ਵਾਲਾ ਹੋਵੇ ਉਹ ਕਿਸੇ ਕੁਰੂਪ ਕੋਲ ਕਿਸੇ ਬਿਰਧ ਕੋਲ ਕਿਸੇ ਨਿਧਨ ਕੋਲ ਕੀ ਲੈਣ ਜਾਏਗੀ ਹੁਣ ਗੱਲਾਂ ਗੱਲਾਂ ਦੇ ਵਿੱਚ ਉਹਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਜਿਹੜਾ ਤੂੰ ਧਰਮ ਦਾ ਗੁਰੂ ਸਾਨੂੰ ਸਮਝ ਕੇ ਆਈ ਸੀ ਉਹ ਤੈਨੂੰ ਧਰਮ ਦੀ ਗੱਲ ਤਾਂ ਸਿਖਾ ਨਹੀਂ ਰਿਹਾ ਉਹ ਤੈਨੂੰ ਪੜ੍ਹਾ ਰਿਹਾ ਸੰਸਾਰੀ ਗੱਲਾਂ ਮਤਲਬ ਉਹਦੇ ਮਨ ਦੇ ਵਿੱਚ ਤੇਰੇ ਪ੍ਰਤੀ ਮੈਲ ਹੈ ਤੂੰ ਜਵਾਨ ਹੈ ਤੂੰ ਸੁੰਦਰ ਹੈ ਤੂੰ ਕਿਸੇ ਬਿਰਧ ਕਿਸੇ ਕੁਰੂਪ ਕਿਸੇ ਨਿਰਧਨ ਉਹਦੇ ਕਮਾਈ ਨਹੀਂ ਕਰਦਾ ਜੰਗਲ ਦੇ ਚ ਨਿਕਲਦਾ ਨਗਰ ਚੋਂ ਮਾਇਆ ਮੰਗ ਕੇ ਲਿਆਉਂਦਾ ਤੇ ਤੇਰਾ ਗੁਜ਼ਾਰਾ ਕਰਾਉਂਦਾ ਉਹਦੇ ਕੋਲ ਕੀ ਕਰਨੀ ਰਹਿ ਕੇ
ਕੀ ਤੇਰਾ ਜੀਵਨ ਨਿਰਵਾਹ ਚੱਲੇਗਾ ਹੁਣ ਤਾਂ ਤੈਨੂੰ ਜੋ ਉਹਨੇ ਦੱਸਿਆ ਉਹਦੀ ਗੱਲਾਂ ਗਲਤ ਸਾਬਿਤ ਹੋ ਗਈਆਂ ਤੇਰੀ ਦਾਦੇ ਨਾਲ ਉਹਦੇ ਧਰਮ ਹੈ ਨਹੀਂ ਜੇ ਤੈਨੂੰ ਉਹ ਪੜ੍ਹਾ ਰਿਹਾ ਹੈ ਤੂੰ ਜਵਾਨ ਹੈ ਇਹ ਬਿਰਧ ਰੂਪ ਕੋ ਵੀ ਕੀ ਕਰੇਂਗੀ ਰਹਿ ਕੇ ਹਾਂਜੀ ਦੋਹਰਾ ਸਾਧ ਸੁਤਾ ਸਾਧ ਸੁਤਾ ਤਾਸੋ ਕਹਿਓ ਸੰਗ ਚੱਲੋ ਲੈ ਮੋਹੇ ਜਦ ਉਹਦਾ ਮਨ ਬਦਲ ਜਾਂਦਾ ਨਾ ਫਿਰ ਰੋਂਦੀ ਉਹਨੂੰ ਕਹਿੰਦੀ ਮੈਨੂੰ ਆਪਣੇ ਨਾਲ ਲੈ ਜਾ ਮੈਨੂੰ ਛੁਡਾ ਕੇ ਲੈ ਜਾ ਮੈਂ ਰਹਿਣਾ ਨੀ ਚਾਹੁੰਦੀ ਮੈਂ ਭੁਲੇਖੇ ਦੇ ਵਿੱਚ ਇੱਥੇ ਆ ਕੇ ਗਈ ਹੁਣ ਮੈਂ ਇੱਥੇ ਰਹਿਣਾ ਨੀ ਚਾਹੁੰਦੀ ਮੈਨੂੰ ਵਾਪਸ ਨਾ ਕੇ ਉਹਦੇ ਵਿੱਚ ਜਾਣਾ ਹੈ ਜਿਹਨੂੰ ਮੈਂ ਧਰਮ ਸਮਝ ਕੇ ਜਿਹਨੂੰ ਮੈਂ ਯੋਗ ਸਮਝ ਕੇ ਜਿਹਨੂੰ ਮੈਂ ਧਰਮ ਗੁਰੂ ਸਮਝ ਕੇ ਆ ਗਈ ਸੀ ਨਾ ਤੇ ਉਹ ਧਰਮ ਧਰਮ ਹੈ ਨਾ ਉਹ ਯੋਗ ਯੋਗ ਹੈ ਨਾ ਉਹ ਧਰਮ ਗੁਰੂ ਹੈ ਹੁਣ ਕਿਰਪਾ ਕਰ ਤੂੰ ਆਇਆ ਤੈਨੂੰ ਛੱਡ ਕੇ ਨਾ ਜਾਣੀ ਭੋਗ ਕਰੋਗੀ ਯੋਗ ਤਜ ਅਦ ਕਰ ਜਾ ਹੋਂ ਤੋਹੇ ਕਹਿੰਦੀ ਮੈਂ ਗ੍ਰਸਥ ਆਸ਼ਰਮ ਦੇ ਵਿੱਚ ਪੈਰ ਪਾਵਾਂਗੀ ਮੈਂ ਸੰਸਾਰ ਨੂੰ ਅਪਣਾਵਾਂਗੀ ਮੈਂ ਭੋਗ ਕਰਾਂਗੀ ਯੋਗ ਨੂੰ ਤਿਆਗ ਕੇ ਯੋਗੀ ਅੰਦਰ ਯੋਗੀ ਆ ਤੂੰ ਭੋਗੀ ਅੰਦਰ ਭੋਗੀ ਆ ਭੋਗਦੇ ਇਹਨਾਂ ਨੇ ਪੂਰੇ ਟੀਕੇ ਦੇ ਵਿੱਚ ਇੱਕੋ ਹੀ ਅਰਥ ਰੱਖੇ ਨੇ ਕਿਤੇ ਗੁਰਬਾਣੀ ਦੀ ਕਥਾ ਦੇ ਵਿੱਚ ਭੋਗਦੇ ਚੱਲਣ ਕਿਤਨੇ ਪ੍ਰਕਾਰ ਦੇ ਅਰਥ ਆਉਣਗੇ ਦੇਖੋ ਗੁਰਬਾਣੀ ਦੇ ਉੱਤੇ ਵੇਦ ਵਿਆਕਰਨ ਆਇਤ ਹੁੰਦੀ ਹੈ ਸੰਸਾਰੀ ਵਿਆਕਰਨ ਆਇਤ ਨਹੀਂ ਹੁੰਦੀ ਵੇਦ ਵਿਆਕਰਨ ਮਤਲਬ ਇੱਕ ਸ਼ਬਦ ਲੈਂਦੇ ਆਪਾਂ ਕਬੀਰ ਸਾਹਿਬ ਦਾ ਕਬੀਰ ਹਜ ਮੱਕੇ ਹਉ ਜਾਏ ਥਾ ਅੱਗੇ ਮਿਲਿਆ ਖੁਦਾਏ ਗਏ ਨਹੀਂ ਹੈ ਇੱਕ ਵਿਅੰਗ ਆਤਮਕ ਗੱਲ ਕੀਤੀ ਕਿ ਮੈਂ ਹਜ ਨੂੰ ਗਿਆ ਅੱਗੋਂ ਮੈਨੂੰ ਖੁਦਾ ਮਿਲ ਪਿਆ ਸਾਈ ਮੁੱਝ ਸਿਉਂ ਲੜ ਪਰਿਆ ਤੁਦੇ ਕਿਨ ਫਰਮਾਈ ਗਾਏ ਸਾਈ ਮੇਰਾ ਲੜ ਪਵੇ ਤੁਦੇ ਤੈਨੂੰ ਕਿੰਨੇ ਇੱਥੇ ਗਾਏ ਲਫ਼ਜ਼ ਆ ਗਿਆ ਹੁਣ ਗਾਏ ਦੇ ਅਰਥ ਜਦ ਕਰਾਂਗੇ ਤੇ ਦੇਖਾਂਗੇ ਗਾਏ ਦੇ ਅਰਥ ਗੌ ਤੋਂ ਬਣਿਆ ਗੋ ਬਸਮਾਰ ਗੌ ਦੇ ਅਰਥ ਬੁੱਧੀ ਵੀ ਹੈ ਗੌ ਦੇ ਅਰਥ ਗਾਂ ਵੀ ਹੈ ਗੋ ਦੇ ਅਰਥ ਨੇਤਰ ਵੀ ਨੇ ਗੋ ਦੇ ਅਰਥ ਸੂਰਜ ਦੀਆਂ ਕਿਰਨਾਂ ਵੀ ਨੇ ਗੋ ਦੇ ਅਰਥ ਧਰਤੀ ਵੀ ਹੈ ਗੋ ਦੇ ਅਰਥ ਇੰਦਰੀਆਂ ਵੀ ਨੇ ਇੱਥੇ ਅਸੀਂ ਕਿਹੜੇ ਅਰਥ ਜਾਂਦੇ ਹਾਂ ਤੂੰ ਕਿਹਨੂੰ ਫਰਮਾਈ ਗਾਏ ਤੈਨੂੰ ਕਿੰਨੇ ਗਾਂ ਦੇ ਦਿੱਤੀ ਨਹੀਂ ਤੈਨੂੰ ਕਿੰਨੇ ਮੱਕ ਦੇ ਦਿੱਤੀ ਤੈਨੂੰ ਕਿੰਨੇ ਬੁੱਧ ਦੇ ਦਿੱਤੀ ਕਿ ਮੈਂ ਮੱਕੇ ਸੁਣਨਾ ਹਾਂ ਗੁਰ ਜੈਸਾ ਨਾਹੀ ਕੋ ਦੇਵ ਦੇਵ ਦੇ 12 ਅਰਥ ਨੇ ਦੇਵ ਦਾ ਇੱਕ ਅਰਥ ਪ੍ਰਕਾਸ਼ ਵੀ ਹੈ ਗਿਆਨ ਵਰਗਾ ਪ੍ਰਕਾਸ਼ ਸੰਸਾਰ ਤੇ ਕਿਤਨੀ ਜੇ 100 ਚੰਦਾ ਉਗਵੈ ਸੂਰਜ ਚੜ੍ਹੈ 1000 ਇੱਥੇ ਚੰਨ ਹੁੰਦੇ ਆ ਗੁਰਗਨ ਕੋਰ ਅੰਧਾਰ ਦੇਵ ਦੇ ਅਰਥ ਇੱਥੇ ਗਿਆਨ ਨੇ ਦੇਵ ਦੇ ਅਰਥ ਇੱਥੇ ਪ੍ਰਕਾਸ਼ ਵਿਗਿਆਨ ਵਰਗਾ ਪ੍ਰਕਾਸ਼ ਕਿਤੇ ਨਹੀਂ ਹੈ ਸੜਕ ਤੇ ਮੈਨੂੰ ਖੜਾ ਕਰ ਦਿਓ ਇੰਗਲੈਂਡ ਨੇ ਕਦੀ ਆਇਆ ਨਹੀਂ ਸੜਕ ਨਜ਼ਰ ਤੇ ਆ ਰਹੀ ਹੈ ਪਰ ਕਿਹੜੀ ਸੜਕ ਕਿੱਧਰ ਜਾਏਗੀ ਉਹ ਗਿਆਨ ਮੇਰੇ ਕੋਲ ਨਹੀਂ ਹੈ ਉਹ ਪ੍ਰਕਾਸ਼ ਅੰਦਰ ਨਹੀਂ ਹੈ ਅੱਖਾਂ ਤੇ ਚੱਲ ਰਹੀਆਂ ਨੇ ਬੁੱਧੀ ਨਹੀਂ ਚੱਲ ਰਹੀ ਇਹ ਉਹ ਦੇਵ ਹੈ ਜਿਹੜਾ ਅੰਦਰੋਂ ਬੁੱਧ ਨੂੰ ਪ੍ਰਕਾਸ਼ ਕਰਦਾ ਹੈ ਉਹ ਦੇਵ ਹੈ ਜਿਹੜਾ ਮਤ ਨੂੰ ਪ੍ਰਕਾਸ਼ ਕਰਦਾ ਹੈ ਗੁਰੂ ਜੈਸਾ ਨਹੀਂ ਕੋ ਦੇਵ ਇਸ ਪ੍ਰਕਾਰ ਧਰਮ ਗ੍ਰੰਥਾਂ ਦੇ ਜਦ ਲਫ਼ਜ਼ ਆਉਂਦੇ ਨੇ ਉਹਨਾਂ ਦੇ ਅਰਥ ਪ੍ਰਕਰਨ ਦੇ ਹਿਸਾਬ ਨਾਲ ਗਤੀ ਦੇ 3 ਅਰਥ ਨੇ ਕਿੱਥੇ ਕਿਹੜਾ ਅਰਥ ਲੱਗਣਾ ਹੈ ਉਸ ਹਿਸਾਬ ਨਾਲ ਚੱਲਣਾ ਹਰ ਇੱਕ ਸ਼ਬਦ ਉੱਤੇ ਜੇ ਅਸੀਂ ਇੱਕੋ ਹੀ ਅਰਥ ਲਾਈ ਜਾਵਾਂਗੇ ਨਾ ਤੇ ਬਹੁਤ ਜ਼ਿਆਦਾ ਅਰਥਾਂ ਦੇ ਅਨਰਥ ਹੋ ਜਾਣਗੇ ਭੋਗ ਦੇ ਅਰਥ ਸੰਸਾਰ ਵੀ ਹੈ ਭੋਗ ਦੇ ਅਰਥ ਭੋਗਣਾ ਵੀ ਹੈ ਭੋਗ ਦੇ ਅਰਥ ਵਰਤਣਾ ਵੀ ਹੈ ਭੋਗ ਦੇ ਅਰਥ ਭੋਜਨ ਵੀ ਹੈ ਭੋਗ ਦੇ ਅਰਥ ਖਾਣਾ ਵੀ ਹੈ ਪਰ ਇਸ ਟੀਕੇ ਜੋ ਨੈਟ ਤੇ ਪਿਆ ਜਾਣ ਬੁੱਝ ਕੇ ਭੋਗ ਦੇ ਇੱਕੋ ਹੀ ਪ੍ਰਕਾਰ ਦੇ ਅਰਥ ਕੀਤੇ ਗਏ ਨੇ ਇਹਦੇ ਕਹਿੰਦੀ ਮੈਨੂੰ ਨਾਲ ਲੈ ਜਾ ਮੈਂ ਭੋਗ ਕਰਾਂਗੀ ਯੋਗ ਛੱਡ ਕੇ ਮਤਲਬ ਮੈਂ ਯੋਗ ਛੱਡ ਕੇ ਮੈਂ ਸੰਸਾਰ ਦੇ ਵਿੱਚ ਵਿਚਰਾਂਗੀ ਤੇਰੇ ਨਾਲ ਗ੍ਰਸਥ ਆਸ਼ਰਮ ਦੇ ਵਿੱਚ ਮੈਂ ਪ੍ਰਵੇਸ਼ ਕਰਾਂਗੀ ਜੋ ਸੰਸਾਰ ਦੀ ਪ੍ਰਕਿਰਿਆ ਹੈ ਉਹਦੇ ਵਿੱਚ ਮੈਂ ਚੱਲਾਂਗੀ ਜਾ ਬਈ ਤਦ ਮੈਂ ਚੱਲਾਂ ਸੰਗ ਲੈ ਤੋ ਕੋ ਕਹਿੰਦਾ ਮੈਂ ਤੈਨੂੰ ਲੈ ਕੇ ਜਾਵਾਂਗਾ ਪਰ ਇੱਕ ਸ਼ਰਤ ਹੈ ਜੁਗੀ ਐ ਬੋਲ ਮਾਨ ਹਿਤ ਮੋਕੋ ਜੋਗੀ ਨਾਲ ਪਹਿਲਾਂ ਮੇਰੀ ਗੱਲ ਕਰ ਜੇ ਤੈਨੂੰ ਲੈ ਕੇ ਆਇਆ ਆਖ ਮੂੰਦ ਦੋ ਬੀਨ ਵਜਾਇਆ ਜਿਹਦੇ ਬਾਅਦ ਮੈਨੂੰ ਕਹਿੰਦੀ ਹੈ ਕਿ ਅੱਖਾਂ ਬੰਦ ਕਰਕੇ ਸਿਰਫ ਬੀਨ ਵਜਾ ਬੰਸਰੀ ਵਜਾਉਂਦਾ ਬੀਨ ਵਜਾਉਂਦਾ ਬੀਨਾ ਵਜਾਉਂਦਾ ਮੋਰੇ ਕਰਦੇ ਤਾਲ ਦਵਾਇਆ ਉਹ ਜਿਹੜਾ ਅੱਖਾਂ ਦਾ ਤਾਲ ਲੈਂਦਾ ਹੈ ਤੈਨੂੰ ਬੰਸਰੀਆਂ ਸੁਣਦਾ ਮੈਨੂੰ ਉਹਦੇ ਨਾਲ ਗੱਲ ਕਰਾ ਕਿਉਂ ਆਖਿਆ ਐਸਾ ਨਾ ਹੋਵੇ ਕਿ ਮੈਂ ਤੈਨੂੰ ਵਾਪਸ ਲੈ ਜਾਂ ਪਰ ਤੇਰਾ ਚਿੱਤ ਫਿਰ ਜੋਗੀ ਦੇ ਵਿੱਚ ਰਹਿ ਜਾਏ
ਤੂੰ ਸਰੀਰ ਕਰਕੇ ਤੇ ਮੇਰੇ ਨਾਲ ਆ ਜਾ, ਧਿਆਨ ਤੇਰਾ ਫਿਰ ਵਾਪਸ ਜੋਗੀ ਦੇ ਵਿੱਚ ਰਹਿ ਜਾ, ਮੈਂ ਤੈਨੂੰ ਇਤਨੀ ਮੁਸ਼ਕਿਲ ਵਾਪਸ ਲੈ ਕੇ ਆਇਆ, ਤੂੰ ਫਿਰ ਵਾਪਸ ਇੱਥੇ ਆ ਜਾ। ਜੇ ਤੂੰ ਜਾਣਾ ਚਾਹੁੰਦੀ ਹੈ ਤੇ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਮੈਂ ਜੋਗੀ ਦਾ ਮਨ ਤੋੜਾਂ, ਮੈਂ ਉਹਨਾਂ ਦੀ ਗੱਲ ਕਰਨੀ ਚਾਹੁੰਦਾ ਵੀ ਤੈਨੂੰ ਇੱਥੇ ਲੈ ਕੇ ਕਿਉਂ ਆਇਆ, ਪਤਾ ਤਾਂ ਲੱਗੇ ਨਾ ਵੀ ਤੂੰ ਤੇ ਜੋਗੀ ਹੈ, ਤੂੰ ਤੇ ਸੰਸਾਰ ਤਿਆਗਿਆ। ਹੁਣ ਅਸੀਂ ਨੀ ਕਹਿੰਦੇ ਵੀ ਕਾਹਦਾ ਸੰਤ ਹੈ ਯਾਰ, ਇਹ ਤੇ ਕਹਿੰਦਾ ਮੈਂ ਘਰ ਛੱਡਿਆ, ਹੁਣ ਮਹਿਲ ਪਾਈ ਦੇਖਿਆ। ਇਹ ਤੇ ਕਹਿੰਦਾ ਕਿ ਮੈਂ ਤਿਆਗੀ ਹਾਂ, ਗੱਡੀਆਂ ਇਹਦੇ ਕੋਲ ਡੇਢ ਡੇਢ ਕਰੋੜ ਦੀਆਂ ਨੇ। ਇਹ ਤੇ ਕਹਿੰਦਾ ਮੈਂ ਤਿਆਗੀ ਹਾਂ ਤੇ ਬੱਸੇ ਤੈਨੂੰ ਮਹਿੰਗੇ ਮਹਿੰਗੇ ਪਾਉਂਦਾ। ਇਹ ਤੇ ਕਹਿੰਦਾ ਮੈਂ ਤਿਆਗੀ ਹਾਂ ਤੇ ਖਰਚਾ ਇਹਦਾ ਕਿਤੇ ਜ਼ਿਆਦਾ, ਜਿਵੇਂ ਗਾਂਧੀ ਦੀ ਪੱਕੀ ਦਾ ਕਹਿੰਦੇ ਖਰਚਾ ਬਹੁਤ ਜ਼ਿਆਦਾ ਸੀ। ਗਾਂਧੀ ਨੂੰ ਗਰੀਬ ਰੱਖਣ ਵਾਸਤੇ ਬੜਾ ਖਰਚਾ ਕਰਨਾ ਪੈਂਦਾ ਸੀ। ਇਹਨਾਂ ਚੀਜ਼ਾਂ ਜਦ ਅਸੀਂ ਗੱਲ ਕਰਦੇ ਹਾਂ, ਇਹ ਉਹੀ ਗੱਲ ਰਾਜੇ ਦਾ ਬੇਟਾ ਕਰ ਰਿਹਾ ਵੀ ਮੈਂ ਜੋਗੀ ਨਾਲ ਗੱਲ ਤੇ ਕਰਾਂ, ਤੂੰ ਹੈ ਜੋਗੀ, ਤੂੰ ਇਸ ਕੰਨਿਆਂ ਨੂੰ ਇੱਥੇ ਲੈ ਕੇ ਕਿਉਂ ਆਇਆ ਤੇ ਜੋ ਇਹ ਤੇਰੇ ਕੋਲ ਚਾਹੁੰਦੀ ਸੀ ਉਹਨੂੰ ਉਹ ਦਿੱਤਾ ਕਿਉਂ ਨਹੀਂ? ਉਹ ਕੀ ਚਾਹੁੰਦੀ ਸੀ? ਸਹਿਜ ਕਲਾ। ਸਹਿਜ ਕਲਾ ਦੀ ਗੱਲ ਤੂੰ ਕੀਤੀ ਨਹੀਂ, ਤੂੰ ਉਹਨੂੰ ਹੋਰ ਹੀ ਕਹਾਣੀ ਸੁਣਾਉਂਦਾ ਰਿਹਾ, ਤੂੰ ਉਹਨੂੰ ਬੀਨ ਸੁਣਾਉਂਦਾ ਰਿਹਾ, ਤੂੰ ਉਹਨੂੰ ਬੰਸੀ ਸੁਣਾਉਂਦਾ ਰਿਹਾ, ਤੂੰ ਉਹਨੂੰ ਤਾਲੀਆਂ ਵਜਾ ਸਿਖਾਉਂਦਾ ਰਿਹਾ। ਜਿਸ ਕੰਮ ਲੈ ਕੇ ਆਇਆ ਉਹ ਕੰਮ ਤੂੰ ਕੀਤਾ ਕਿਉਂ ਨਹੀਂ? ਇਹ ਤੇਰਾ ਕਾਰਨ ਸੀ, ਪਹਿਲਾਂ ਮੈਂ ਉਹਦੇ ਨਾਲ ਗੱਲ ਕਰਾਂ ਫਿਰ ਤੂੰ ਨਾਲ ਲੈ ਕੇ ਜਾਵਾਂਗਾ। ਹਾਂਜੀ। ਆਖ ਮੂਦ ਦੋ ਬੀਨ ਬਜਾਈ। ਜੋਗੀ ਆ ਗਿਆ, ਉਹਨੇ ਜੋਗੀ ਨਾਲ ਗੱਲ ਕੀਤੀ ਵੀ ਦੱਸ ਕੀ ਆ। ਜੋਗੀ ਨੇ ਗੱਲ ਕੀ ਕਰਨੀ ਸੀ? ਬਸ ਉਹਨੇ ਆਪਣੀ ਅੱਖ ਬੰਦ ਕੀਤੀ, ਆਪਣੀ ਆਪਣੀ ਆਪਣੇ ਰਾਗ ਅਲਾਪਣ ਲਾ ਪਿਆ, ਉਹਦੀ ਗੱਲ ਨਹੀਂ ਸੁਣਦਾ ਪਿਆ, ਆਪਣੀ ਬੀਨ ਦੇ ਜਾਂਦਾ। ਅਸੀਂ ਨਹੀਂ ਕਹਿੰਦੇ ਉਹ ਯਾਰ ਮੇਰੀ ਵੀ ਸੁਣਾ, ਤੂੰ ਆਪਣੀ ਬੀਨ ਦੇ ਜਾਂਦਾ। ਧਰਮ ਗ੍ਰੰਥਾਂ ਦੇ ਵਿੱਚ ਅਲੰਕਾਰ ਹੁੰਦੇ ਨੇ। ਉਹ ਜੋਗੀ ਉਹਦੀ ਗੱਲ ਨਹੀਂ ਸੁਣਦਾ, ਆਪਣੀ ਅੱਖਾਂ ਬੰਦ ਕੀਤੀਆਂ, ਬਸ ਆਪਣੀ ਗੱਲ ਕਰੀ ਜਾ ਰਿਹਾ, ਉਹਦੀ ਸੁਣਦੇ ਨਹੀਂ ਪਿਆ। ਉਹਦਾ ਬਚਨ ਹੀ ਨਹੀਂ ਕਰ ਰਿਹਾ। ਬਚਨ ਕੀ ਕਹਿੰਦੇ? ਪਹਿਲੇ ਕੁਛ ਹੋਵੇ ਤੇ ਬਚਨ ਕਰੇ। ਇੱਕ ਤੇ ਰਾਜੇ ਦਾ ਬੇਟਾ ਤੋਂ ਭੈ ਹੀ ਖਾਂਦਾ, ਜੇ ਅਵਗਿਆ ਹੋ ਗਈ ਤਾਂ ਉਹਦੀ ਧੋਣ ਨਾ ਕਰਨ ਨੂੰ ਕਰਦੇ, ਬਸ ਉਹ ਆਪਣੀਆਂ ਕੀਤਾ, ਉਹ ਆਪਣਾ ਰੌਲਾ ਪਾਈ ਜਾ ਰਿਹਾ ਵੀ ਮੈਂ ਇਹ ਨਹੀਂ ਕੀਤਾ, ਮੈਂ ਨਹੀਂ ਕੀਤਾ। ਹਾਂਜੀ। ਤੇਹ ਤ੍ਰੀ ਆਘਾਤ ਭਲੀ ਲੱਗ ਪਾਈ। ਬਸ ਇਸੇ ਤਰ੍ਹਾਂ ਜਿਹੜਾ ਬੱਚੀ ਦਾ ਜਿਹੜਾ ਮਨ ਸੀ ਨਾ, ਉਸਦੇ ਤੋਂ ਉਜਾੜ ਹੋ ਕਰ ਲੈਂਦਾ, ਉਹਨੂੰ ਨਾਲ ਲੈ ਕੇ ਆਉਣ ਵਾਸਤੇ ਤਿਆਰ ਹੋ ਜਾਂਦਾ, ਦਿਖਾ ਦਿੰਦਾ ਕਿ ਇਹ ਦੇਖੇ ਕੀ ਕਰ ਰਿਹਾ। ਨਿਰਪ ਸੁੱਧ ਕੇ ਸੰਗ ਭੋਗ ਕਮਾਇਓ। ਉਹਨੂੰ ਲੈ ਕੇ ਨਗਰ ਵੱਲ ਤੁਰ ਪੈਂਦਾ, ਗ੍ਰਸਥ ਆਸ਼ਰਮ ਦੇ ਵਿੱਚ ਪੈਰ ਪੈ ਗਿਆ। ਜਦ ਉਹਨੇ ਕਿਹਾ ਕਿ ਮੈਂ ਹੁਣ ਤੇਰਾ ਚੱਲਣ ਨੂੰ ਤਿਆਰ ਹਾਂ, ਮਨ ਦੇ ਵਿੱਚ ਯੋਗ ਦਾ ਭੋਗ ਉਤਰ ਗਿਆ ਉਹਦਾ ਮਨ। ਹੁਣ ਮਨ ਕਰਕੇ ਭੋਗੀ ਸੰਸਾਰ ਦੇ ਵਿੱਚ ਆਉਣ ਨੂੰ ਤਿਆਰ ਹੈ। ਹਾਂਜੀ। ਚੋਟ ਚਟਾਕਣ ਤਾਲ ਦਿਵਾਇਓ। ਬਸ ਉਹ ਆਪਣੀ ਤਾਲ ਦੇ ਉੱਤੇ, ਆਪਣੀ ਗੱਲ ਦੇ ਉੱਤੇ ਉਹਦੇ ਨਾਲ ਉੱਠ ਕੇ ਤੁਰ ਪੈਂਦੀ ਹੈ। ਦੋਹਰਾ ਆਤਰਾਜ ਕਰਤਾ ਕੋ ਲਿਓ, ਆਪਣੇ ਹੈ ਕਰ ਸਵਾਰ। ਬਸ ਉਹਨੂੰ ਪਿਆਰ ਨਾਲ ਆਪਣੇ ਨਾਲ ਗੱਲਾਂ ਬਾਤਾਂ ਕਰਕੇ ਉਹਦਾ ਮਨ ਬਦਲ ਕੇ ਉਹਨੂੰ ਆਪਣੇ ਨਾਲ ਸਵਾਰ ਕਰਕੇ ਨਗਰ ਵੱਲ ਤੁਰ ਪੈਂਦਾ। ਨਗਰ ਸਾਧ ਪੁਰ ਕੋ ਗਯੋ, ਬਿਰਸ਼ ਕਵਰ ਅਹਮਾਰ। ਬਸ ਨਗਰ ਨਗਰ ਸਾਧ ਨੂੰ ਤੁਰ ਪੈਂਦਾ, ਪਿੰਡ ਵੱਲ ਨੂੰ ਤੁਰ ਪੈਂਦਾ ਹੈ। ਜਿਹੜਾ ਬਿਰਸ਼ ਸੀ ਉਹਦੀ ਕੁਆਰੀ ਬੰਦ ਕਰਕੇ ਜੋਗੀ ਨੇ ਕੁਛ ਨਹੀਂ ਆਖਿਆ, ਨੂੰ ਉੱਥੇ ਛੱਡ ਦਿੱਤਾ। ਗੁਰਕਰ ਇਸ ਕਹਾਣੀ ਦੇ ਵਿੱਚ ਦੇਖੋ ਤਿੰਨ ਪੱਖ ਬੜੇ ਵੱਡੇ ਉਜਾਗਰ ਸਾਹਿਬਾਂ ਨੇ ਕੀਤੇ ਨੇ। ਇੱਕ ਤੇ ਕੀਤੇ ਪਾਖੰਡੀਆਂ ਦੇ, ਇੱਕ ਕੀਤੇ ਜਿਹਦੇ ਮਨ ਚ ਧਰਮ ਦੀ ਭੁੱਖ ਪੈਦਾ ਹੋਈ। ਬੜੇ ਬੜੇ ਦੇਖੋ ਕਿ ਡਿਗਰੀਆਂ ਦਿੰਦੇ ਨੇ ਬ੍ਰਹਮ ਗਿਆਨ ਦੀਆਂ, ਉਹ ਗਏ ਤੇ ਗੁਰਸਿੱਖ ਗੁਰੂ ਪਿਆਰੇ ਉੱਥੇ ਧੀਆਂ ਭੈਣਾਂ ਬੱਚੇ ਤੇ ਇਹ ਲੈ ਸੀ ਵੀ ਸਾਨੂੰ ਕੋਈ ਗੁਰੂ ਦੀ ਗੱਲ ਦੱਸੇ। ਜਦ ਗੁਰੂ ਦੀ ਗੱਲ ਕਰਦੇ ਨਾ, ਸਾਡਾ ਮਨ ਚ ਉਮਾਹ ਪੈਦਾ ਹੋ ਜਾਂਦਾ। ਸਾਡੀ ਬਿਰਤੀ ਇਤਨੀ ਬੱਚਿਆਂ ਵਰਗੀ, ਜੇ ਕੋਈ ਖਾਲਿਸਤਾਨ ਦਾ ਨਾਰਾ ਮਾਰੇ ਨਾ ਤੇ ਕਵੇ ਵੀ ਮੈਂ ਖਾਲਿਸਤਾਨ ਦੀ ਪੱਕੀ, ਅਸੀਂ ਇਹ ਵੀ ਨਹੀਂ ਉਹਦੀ ਬੈਕਗਰਾਉਂਡ ਕੀ ਹੈ, ਅਸੀਂ ਉਹਦੇ ਪਿੱਛੇ ਚੱਲ ਪੈਂਦੇ ਹਾਂ। ਸੰਤ ਜਰਨੈਲ ਸਿੰਘ ਖਾਲਸਾ ਦੀਆਂ ਫੋਟੋਆਂ ਲਾ ਕੇ, ਮਹਾਂਬਲੀਆਂ ਦੀਆਂ ਫੋਟੋਆਂ ਲਾ ਕੇ ਪ੍ਰਚਾਰ ਸੰਤਾਂ ਦੀ ਸੋਚ ਤੇ ਉਲਟ ਲੋਕ ਕਰ ਰਹੇ ਨੇ ਜੀ। ਉਹਨਾਂ ਨੂੰ ਵੀ ਮੰਨਦੇ ਨੇ ਜੀ ਇਹ ਸੰਤਾਂ ਦੀ ਫੋਟੋ ਰੱਖੀ ਹੈ। ਇਹਨਾਂ ਦੀ ਹਾਲਤ ਉਹ ਹੀ ਹੈ ਕਿ ਡਵ ਦੇ ਵਿੱਚ ਰਖਸੋਨਾ ਪਾਇਆ ਹੋਇਆ, ਡੱਬੀ ਡਵ ਸਾਬੰਧੀ ਰਖਸੋਨਾ ਵਾਲਿਆ ਹੋਇਆ। ਇਹਦੇ ਵਿੱਚ ਸਭ ਤੋਂ ਪਹਿਲਾਂ ਦਿਖਾਇਆ ਉਸ ਬੱਚੀ ਨੂੰ ਜਿਹੜੀ ਗਿਆਨਵਾਨ ਹੈ, ਉਹਦਾ ਗਿਆਨ ਜਾਗਿਆ ਤੇ ਉਹ ਗਿਆਨ ਦੇ ਚੱਕਰ ਦੇ ਵਿੱਚ ਇੱਕ ਪਖੰਡੀ ਦੇ ਨਾਲ ਆ ਜਾਂਦੀ ਹੈ, ਫਿਰ ਉਸ ਰਾਜੇ ਦਾ ਕਰਤੱਵ। ਜੇ ਅੱਜ ਪੰਜਾਬ ਦੇ ਵਿੱਚ ਸਾਡੇ ਬੱਚੇ ਧੀਆਂ ਭੈਣਾਂ ਪਖੰਡੀਆਂ ਦੇ ਡੇਰਿਆਂ ਦੇ ਵਿੱਚ ਫਸੀਆਂ ਨੇ, ਤੇ ਉੱਥੇ ਰਾਜ ਸੁੱਤ ਕੌਣ ਇਸ ਵੇਲੇ? ਸੁਖਬੀਰ ਬਾਦਲ। ਉਹਦਾ ਕੀ ਕਰਤੱਵ ਹੋਣਾ ਚਾਹੀਦਾ ਸੀ? ਬਾਦਲ ਸਾਹਿਬ ਦਾ ਕੀ ਕਰਤੱਵ ਹੋਣਾ ਚਾਹੀਦਾ ਸੀ? ਜਿਹੜੇ ਸਾਡੇ ਮੋਹਤ ਵਰ ਨੇ ਉਹਨਾਂ ਦੇ ਕੀ ਕਰਤੱਵ ਹੋਣੇ ਚਾਹੀਦੇ ਸੀ? ਉਹਨਾਂ ਨੂੰ ਡੇਰਿਆਂ ਦੇ ਵਿੱਚ ਨਸ਼ੇ ਦੇ ਦੇ ਕੇ ਰੱਖਿਆ ਜਾ ਰਿਹਾ, ਖਬਰਾਂ ਬਾਹਰ ਆ ਰਹੀਆਂ ਨੇ, ਪਰ ਕੋਈ ਕੁਛ ਨਹੀਂ ਕਰ ਰਿਹਾ। ਉੱਥੇ ਤੇ SSP DSP DIG ਜਿਹਨਾਂ ਦੇ ਜਿਹੜੇ ਰੁਤਬੇ ਨੇ ਉਹਨਾਂ ਦੇ ਬੱਚੇ ਫਸੇ ਨੇ, ਉਹਨਾਂ ਨੂੰ ਬਚਾਉਣ ਵਾਸਤੇ ਵੀ ਸਰਕਾਰ ਕੁਛ ਨਹੀਂ ਕਰ ਰਹੀ।
ਇਹ ਕਹਾਣੀ ਸਾਡੇ ਪੰਜਾਬ ਦੀ ਹੈ, ਇਹ ਕਹਾਣੀ ਸਾਡੇ ਅੱਜ ਦੀ ਹੈ ਜੋ ਲਿਖੀ ਹੈ ਗੁਰੂ ਸਾਹਿਬ ਨੇ ਉਸ ਵਕਤ। ਇਹਦੇ ਵਿੱਚ ਰਾਜੇ ਦਾ ਕਰਤੱਵ ਕੀ ਹੈ, ਰਾਜੇ ਦੇ ਪੁੱਤਰ ਦਾ ਕਰਤੱਵ ਕੀ ਹੈ, ਸਾਧੂ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਅਤੇ ਧਰਮ ਗੁਰੂ ਨੂੰ ਪਹਿਚਾਨਣਾ ਕਿੱਦਾਂ ਹੈ। ਹਰੇਕ ਦੇ ਪਿੱਛੇ ਅੱਖ ਬੰਦ ਕਰਕੇ ਨਹੀਂ ਤੁਰ ਪੈਣਾ, ਬੜੇ ਕੇਸ ਸੁਣਨ ਮਿਲਦੇ ਨੇ ਫਲਾਣਾ ਆਇਆ ਜੀ ਉਹਦੇ ਪਿੱਛੇ ਲਾ ਕੇ ਉਹਨੇ ਚੈੱਕ ਕੱਟ ਕੇ ਦੇ ਦਿੱਤੇ, ਇੰਨੇ ਦੀ ਗੱਡੀ ਲੈਤੀ, ਬਾਅਦ 'ਚੋਂ ਪਛਤਾਏ, ਕਿਸੇ ਦੀ ਅੱਖਾਂ 'ਚ ਅਜ਼ਾਬ ਪਾਤਾ, ਕਿਸੇ ਨੂੰ ਕੁਝ ਕਰਦਾ, ਕਿਸੇ ਨੂੰ ਕੁਝ ਕਰਤਾ। ਇਹ ਲੋਕ ਲੱਗੇ ਦੇ ਧਰਮ ਗੁਰੂ ਸਮਝ ਕੇ ਪਿੱਛੇ ਸੀ ਨਾ, ਐਂਡ ਅਪ ਕਿੱਥੇ ਹੋਏ, ਨਰਕ ਦੇ ਵਿੱਚ। ਅੱਜ ਹਜ਼ਾਰਾਂ ਬੱਚੀਆਂ ਗੁਰਲਾ ਰਹੀਆਂ ਨੇ ਪੰਜਾਬ ਦੇ ਵਿੱਚ, ਡੇਰਿਆਂ ਦੇ ਵਿੱਚ, ਕੌਣ ਸੁਣਾਉਣ ਵਾਲਾ, ਕੋਈ ਨਹੀਂ। ਜਿਹੜੇ ਜਨਤਾ ਦੇ ਰੱਖ ਨੇ ਉਹਨਾਂ ਦੇ ਖੁਦ ਦੇ ਪਰਿਵਾਰ ਫਸੇ ਹੋਏ ਨੇ, ਕੌਣ ਸੁਣਾਉਣ ਵਾਲਾ, ਕੋਈ ਨਹੀਂ। ਇਹਨਾਂ ਚਿੱਤਰਾਂ ਦੀ ਕਥਾ ਇਸ ਐਂਗਲ ਦੇ ਨਾਲ ਇਸ ਪ੍ਰਕਾਰ ਜਦ ਤੱਕ ਹੁੰਦੀ ਰਹੀ ਹੈ, ਸਿੰਘ ਪੜਦੇ ਰਹੇ ਨੇ, ਸਿੰਘ ਚੇਤਨ ਰਹੇ ਨੇ, ਕੋਈ ਵੀ ਡੇਰੇਦਾਰ ਦੇ ਪਿੱਛੇ, ਕੋਈ ਵੀ ਭਰਮੀ ਦੇ ਪਿੱਛੇ, ਕੋਈ ਵੀ ਬਨਾਰਸ ਕੇ ਠੱਗ ਦੇ ਪਿੱਛੇ ਨਹੀਂ ਲੱਗਾ। ਜਦੋਂ ਤੋਂ ਪੰਜਾਬ ਦੇ ਵਿੱਚੋਂ ਸ੍ਰੀ ਦਸਮ ਦੇ ਪ੍ਰਕਾਸ਼ ਚੁਰਕਾਏ ਗਏ ਨੇ, ਉਸ ਦਿਨ ਤੋਂ ਹੀ ਡੇਰਿਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਦੱਖਣ ਦੇ ਵਿੱਚ ਦਸਮ ਦੇ ਪ੍ਰਕਾਸ਼ ਨੇ, ਦੱਖਣ ਦੇ ਵਿੱਚ ਡੇਰੇ ਨਹੀਂ ਹੈਗੇ, ਦੇਖ ਲਓ ਜਾ ਕੇ। ਇਹ ਕਹਿੰਦੇ ਇਹ ਗ੍ਰੰਥ ਸਾਧਾਂ ਨੇ ਪ੍ਰਚਾਰਿਆ, ਪੰਜਾਬ ਦੇ ਵਿੱਚ ਤੇ ਸਾਧਾਂ ਦੇ ਵਗ ਫਿਰਦੇ ਨੇ, ਦਸਮ ਤੇ ਹੈ ਨੀ ਪੰਜਾਬ ਦੇ ਵਿੱਚ। ਕਿਸੇ ਵਕਤ ਪ੍ਰਕਾਸ਼ ਹੋਇਆ ਕਰਦਾ ਸੀ, ਜਦ ਜੌਨ ਮੈਲਕਮ ਨੂੰ ਪੜ੍ਹਦੇ ਹਾਂ 1809 ਦੇ ਵਿੱਚ, ਜਦ ਸ੍ਰੀ ਹਰਿਮੰਦਰ ਸਾਹਿਬ ਜਾਂਦਾ ਹੈ, ਦੇਖਦਾ ਦੂਸਰਾ ਗੁਰਮਤਾ ਹੋ ਰਿਹਾ ਹੈ, ਦੋ ਗ੍ਰੰਥ ਪ੍ਰਕਾਸ਼ ਨੇ ਖਾਲਸਾ ਤੋਂ ਨਾ ਨਤਮਸਤਕ ਹੋ ਰਿਹਾ ਹੈ। ਪਰ ਉਹ ਸਮਾਂ ਅਕਾਲੀ ਫੂਲਾ ਸਿੰਘ ਜਥੇਦਾਰ ਨੇ ਪੰਥ ਦੇ, ਅਕਾਲੀ ਫੂਲਾ ਸਿੰਘ ਦੇ ਸਾਹਮਣੇ ਦੋ ਗ੍ਰੰਥ ਪ੍ਰਕਾਸ਼ ਨੇ, ਰਾਮਸਰ ਸਾਹਿਬ ਹੁੰਦਾ ਸੀਗਾ ਉੱਥੇ, ਮਸੰਦਾਂ ਦੇ ਗ੍ਰੰਥੀ ਨੇ ਕਿਰਪਾਨ ਦੇ ਨਾਲ ਮਾਝ ਦੇ ਅੰਗ ਪਾੜੇ, ਅਕਾਲ ਤਖ਼ਤ ਸਾਹਿਬ ਤੋਂ ਦੇਜੀ ਨਾਲ ਸਰੂਪ ਚੱਕ ਕੇ ਦਸਮ ਦਾ ਬਾਹਰ ਸੁੱਤਿਆ। ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਪੰਜਾਬ ਵਿੱਚ ਦਸਮ ਗ੍ਰੰਥੇ ਬਾਰੇ, ਤਾਂ ਦਸਮ ਦੀਆਂ ਪੋਥੀਆਂ ਅਲੋਪ ਹੋਣੀਆਂ ਸ਼ੁਰੂ ਹੋਈਆਂ, ਚੁੱਕਣੀਆਂ ਸ਼ੁਰੂ ਕੀਤੀਆਂ ਵਿਵਾਦ ਕਰਕੇ ਜੀ। ਸੋ ਗ੍ਰੰਥ ਪ੍ਰਕਾਸ਼ ਸੀਗੇ, ਪ੍ਰਕਾਸ਼ ਹੋਣੇ ਚਾਹੀਦੇ ਨੇ, ਜਿਵੇਂ ਦੱਖਣ ਦੇ ਵਿੱਚ ਇਹਨਾਂ ਦੀ ਕਥਾ ਸੰਗਤ ਦੇ ਵਿੱਚ ਹੋਣੀ ਚਾਹੀਦੀ ਹੈ। ਕੱਲ੍ਹ ਚਰਿੱਤਰ ਆਪਾਂ ਕਰਾਂਗੇ, ਉਹਦੇ 'ਚ ਦੇਖਾਂਗੇ ਕਿ ਇੱਕ ਮਰਦ ਦਾ ਚਰਿੱਤਰ ਕੈਸਾ ਹੋਵੇ, ਫਿਰ ਪਰਸੋਂ ਕਰਾਂਗੇ, ਉਹ 'ਚ ਦੇਖਾਂਗੇ ਕਿ ਔਰਤ ਦਾ ਚਰਿੱਤਰ ਕੈਸਾ ਹੋਵੇ। ਗੁਰਦੇਵ ਮਾਤਾ, ਗੁਰਦੇਵ ਪਿਤਾ, ਚੰਡੀ ਤੋਂ ਚਰਿੱਤਰ ਸ਼ੁਰੂ ਹੁੰਦਾ ਹੈ, ਮਹਾਂਕਾਲ ਦਾ ਖਤਮ ਹੁੰਦਾ ਹੈ। ਸਭ ਤੋਂ ਪਹਿਲਾਂ ਚੰਡੀ ਦਾ ਚਰਿੱਤਰ ਹੈ, ਤੁਸੀਂ ਕੜਕ ਧਾਰਾ, ਤੁਸੀਂ ਬਾਹਰ ਵਾਰੀ, ਤੁਸੀਂ ਤੀਰ ਤਰ ਵਾਰ ਕਾਟੀ ਕਟਾਰੇ ਹੈ, ਨਦੀ ਜਲਬੀ ਨਗਰ ਵੀ ਤੁਸੀਂ ਹੈ, ਨਿਹਾਲੂ ਜਹਾਬ ਖਾੜੀ ਵਹੀ ਹੈ, ਇੱਥੋਂ ਚਰਿੱਤਰ ਸ਼ੁਰੂ ਹੁੰਦੇ ਨੇ ਸਾਡੇ। ਅਤੇ ਗੁਰਦੇਵ ਮਾਤਾ ਤੋਂ ਗੁਰਦੇਵ ਪਿਤਾ ਦੇ ਵਿੱਚ ਗਿਰਾਵਟਾਂ ਜਾਂ ਸਾਡੀ ਬੁੱਧੀ 'ਚ ਆਉਂਦੀਆਂ ਨੇ, ਕਿਸ ਕਿਸ ਪ੍ਰਕਾਰ ਇਹ ਬੁੱਧੀ ਦੇ ਕੌਤਕ ਨੇ, ਘੱਟ ਬੁੱਧੀ ਵਾਲੇ ਨੂੰ ਵੱਧ ਬੁੱਧੀ ਵਾਲਾ ਕਿਵੇਂ ਛਲ ਲੈਂਦਾ ਹੈ, ਬੁੱਧੀ ਦੇ ਕੌਤਕ ਨੇ, ਚਰਿੱਤਰ ਨੇ। ਅਸੀਂ ਕਹਿੰਦੇ ਬੰਦਾ ਠੀਕ ਨਹੀਂ ਹੈਗਾ, ਠਾਕ ਬੰਦਾ, ਇਹ ਬੜਾ ਸ਼ੈਤਾਨ ਬੰਦਾ, ਮਤਲਬ ਬੜਾ ਚਰਿੱਤਰ ਖੇਡਣ ਵਾਲਾ ਬੰਦਾ ਹੈ। ਸੋ ਚਰਿੱਤਰ ਦਾ ਮਤਲਬ ਕੌਤਕ ਬੁੱਧੀ ਦੇ ਨੇ, ਤ੍ਰਿਆ ਚਰਿੱਤਰ ਨਹੀਂ ਹੈ, ਜਿਹੜਾ ਤ੍ਰਿਆ ਚਰਿੱਤਰ ਦਾ ਚਰਿੱਤਰ ਪਾ ਕੇ ਆਉਣਾ, ਤ੍ਰਿਆ ਚਰਿੱਤਰ ਨਹੀਂ ਲੱਗ। ਸੋ ਸਾਹਿਬ ਕਿਰਪਾ ਕਰਨ, ਸਾਨੂੰ ਵੀ ਬੁੱਧ ਬਲ ਬਖਸ਼ਣ, ਤਾਂ ਕਿ ਅਸੀਂ ਕਿਸੇ ਭੇਟੀ ਕਿਸੇ ਡੇਰੇਦਾਰ ਦੇ ਮੰਗ ਲਾ ਕੇ ਓਦਾਂ ਨਾ ਫਸੀਏ ਜਿਵੇਂ ਸਹਿਜ ਚਲਾ ਫਸੀਏ। ਅਤੇ ਸਾਹਿਬ ਕਿਰਪਾ ਕਰ ਸਾਡੇ ਆਗੂਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਤਾਂ ਕਿ ਉਹ ਵੀ ਉਹ ਕਿਰਦਾਰ ਨਿਭਾਉਣ ਜੋ ਰਾਜੇ ਦੇ ਬੇਟੇ ਨੇ ਨਿਭਾਇਆ, ਅਤੇ ਉਸ ਫਸੀ ਹੋਏ ਬੱਚੇ ਨੂੰ ਸਾਧੂ ਦੇ ਚੰਗਲ 'ਚੋਂ ਕੱਢ ਕੇ ਲਿਆਇਆ। ਇਹਨਾਂ ਚਿੱਤਰਾਂ ਨੂੰ ਆਪਾਂ ਇਸੇ ਪ੍ਰਕਾਰ ਕੋਸ਼ਿਸ਼ ਕਰਾਂਗੇ, ਵੱਧ ਤੋਂ ਵੱਧ ਜਿੰਨੇ ਕਰ ਸਕੀਏ। ਕੁਛ ਚਿੱਤਰ 14 ਘੰਟੇ 'ਚ ਕਰਨ ਵਾਲੇ ਨੇ, 15 ਘੰਟੇ 'ਚ ਕਰਨ ਵਾਲੇ ਨੇ, ਪਰ ਕੋਸ਼ਿਸ਼ ਕਰਾਂਗੇ ਇੱਕ ਘੰਟੇ ਦੇ ਵਿੱਚ ਉਹਨਾਂ ਨੂੰ ਸਮਅਪ ਕਰਕੇ ਕਿਸ ਤਰੀਕੇ ਦੇ ਨਾਲ ਆਪਾਂ ਸੰਗਤ ਦੇ ਵਿੱਚ ਉਹਨਾਂ ਨੂੰ ਰੱਖ ਸਕਦੇ ਹਾਂ। ਅਸੀਸ ਬਖਸ਼ੋ, ਅਰਦਾਸ ਕਰਿਆ ਕਰੋ ਸਾਹਿਬ ਸੱਚੇ ਪਾਤਸ਼ਾਹ, ਸਾਨੂੰ ਉਹ ਬਲ ਬਖਸ਼ਣ ਕਿ ਅਸੀਂ ਕਹਿ ਸਕੀਏ ਅਤੇ ਤੁਹਾਨੂੰ ਉਹ ਬਲ ਬਖਸ਼ਣ ਤੁਸੀਂ ਸੁਣ ਸਕੋ। ਅਰਦਾਸ ਇੱਕੋ ਹੀ ਕਰਿਆ ਕਰੋ, ਸਾਹਿਬਾ ਸਤ ਸੰਤੋਖ ਹੋਵੇ ਅਰਦਾਸ, ਤਾਂ ਸਾਨੂੰ ਸਤ ਬਹਾਲੇਗਾ, ਸੋਈਆਂ ਭੁੱਲਾਂ ਦੀ ਕਮਾ ਦੇ, ਅਸੀਸ ਲੋਕ ਸੁਖੀਏ ਪਰ ਲੋਕ ਸੋ ਵੇਲੇ, ਨਾਨਕ ਹਰ ਬਾਬੇ ਮੇਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।